ਰੰਗ ਪੰਜਾਬ ਦੇ ਯੂਟਿਊਬ ਚੈਨਲ ਵੇਖਣ ਵਾਲੇ ਦਰਸ਼ਕਾਂ ਨੂੰ ਮੇਰੇ ਵੱਲੋਂ ਜਾਨੀ ਧਰਮਾ ਹਰਿਆਉ ਦੇ ਵੱਲੋਂ ਪਿਆਰ ਪਤੀ ਸਤਿ ਸ਼੍ਰੀ ਅਕਾਲ। ਸੋ ਦੋਸਤੋ, ਜਿਸ ਤਰ੍ਹਾਂ ਅਸੀਂ ਸਮੇਂ 'ਤੇ ਤੁਹਾਨੂੰ ਕਿਸੇ ਨਾ ਕਿਸੇ ਸਟਾਰ ਕਬੱਡੀ ਦੇ ਖਿਡਾਰੀ ਨੂੰ ਜਾਂ ਪਹਿਲਵਾਨ ਨੂੰ ਮਿਲਾਉਂਦੇ ਹਾਂ, ਉਸੇ ਤਰ੍ਹਾਂ ਅੱਜ ਮੇਰੇ ਨਾਲ ਨੇ ਦੁਆਬੇ ਦੀ ਧਰਤੀ ਜ਼ਿਲ੍ਹਾ ਕਪੂਰਥਲਾ ਅਤੇ ਪਿੰਡ ਭੰਡਾਲ ਸਰਦਾਰ ਸੁਖਦੇਵ ਸਿੰਘ ਜੀ ਦੇਬਾ, ਜਿਨ੍ਹਾਂ ਨੇ ਲੰਬਾ ਸਮਾਂ ਖੇਡ ਮੈਦਾਨਾਂ ਦੇ ਵਿੱਚ ਆਪਣੀ ਧਾਕ ਜਮਾਈ ਹੈ। ਆਓ ਆਪਾਂ ਉਹਨਾਂ ਦੇ ਨਾਲ ਗੱਲ ਕਰਦੇ ਹਾਂ। ਹਾਂਜੀ ਸੁਖਦੇਵ ਸਿੰਘ ਦੇਬਾ ਜੀ, ਸਭ ਤੋਂ ਪਹਿਲਾਂ ਸਾਡੇ ਚੈਨਲ ਦੇ ਵੱਲੋਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਬਹੁਤ ਬਹੁਤ ਧੰਨਵਾਦ ਜੀ ਰੰਗ ਪੰਜਾਬ ਦੇ ਯੂਟਿਊਬ ਚੈਨਲ ਅਤੇ ਧਰਮਾ ਜੀ ਆਪਣਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਤੁਸੀਂ ਜੋ ਪੁਰਾਣੇ ਪਲੇਅਰਾਂ ਨੂੰ ਜਾਂ ਅੱਜ ਕੱਲ੍ਹ ਦੇ ਪਲੇਅਰਾਂ ਨੂੰ ਇਸ ਚੈਨਲ 'ਤੇ ਲਿਆ ਕੇ ਲੋਕਾਂ ਦੇ ਰੂਬਰੂ ਕਰਦੇ ਹੋ, ਬਹੁਤ ਬਹੁਤ ਧੰਨਵਾਦ ਜੀ। ਜੀ ਸਰ, ਸਭ ਤੋਂ ਪਹਿਲਾਂ ਤੁਸੀਂ ਆਪਣੇ ਜਨਮ ਬਾਰੇ ਦੱਸੋ ਜੀ। ਮੇਰਾ ਵੀਰ ਜੀ ਜਨਮ ਪਿੰਡ ਭੰਡਾਲ ਦੋਨਾ ਜੀ ਜ਼ਿਲ੍ਹਾ ਕਪੂਰਥਲਾ ਜੀ ਦੇ ਵਿੱਚ ਹੋਇਆ ਜੀ। ਜੀ ਮਾਤਾ ਸਵਰਗੀ ਹਰਬੰਸ ਕੌਰ ਜੀ ਜੀ ਅਤੇ ਫਾਦਰ ਸਾਹਿਬ ਮੇਰੇ ਸਰਦਾਰ ਮਲਕੀਤ ਸਿੰਘ ਜੀ। ਜੀ ਹਾਂਜੀ। ਅਤੇ ਕਿੰਨੇ ਭੈਣ ਭਰਾ ਤੁਸੀਂ? ਅਸੀਂ ਜੀ ਪੰਜ ਭਾਈ ਹਾਂ ਜੀ। ਜੀ ਅਤੇ ਮੈਂ ਸਭ ਤੋਂ ਛੋਟਾ ਜੀ, ਚਾਰ ਮੇਰੇ ਤੋਂ ਬੀੜੇ ਵੱਡੇ ਸੀ ਜੀ। ਇੱਕ ਦੇਬਾ ਜੀ, ਇਸ ਤਰ੍ਹਾਂ ਕਿ ਕੋਈ ਕਲਾਕਾਰ ਬਣਦਾ, ਕੋਈ ਗੀਤਕਾਰ ਬਣਦਾ, ਕੋਈ ਖਿਡਾਰੀ ਬਣਦਾ, ਕੋਈ ਪਹਿਲਵਾਨ ਬਣਦਾ, ਬਿਲਕੁਲ ਜੀ, ਉਹਦੇ ਪਿੱਛੇ ਕੋਈ ਨਾ ਕੋਈ ਉਹਦਾ ਪ੍ਰੇਰਨਾ ਸਰੋਤ ਜ਼ਰੂਰ ਹੁੰਦਾ, ਜਿਹਨੂੰ ਦੇਖ ਕੇ ਉਹਨੂੰ ਇਹ ਲੱਤ ਲੱਗਦੀ ਹੈ ਜਾਂ ਉਹਦੇ ਅੰਦਰ ਦੇ ਵਿੱਚ ਜਾਗਦਾ ਵੀ ਮੈਂ ਵੀ ਕੁਛ ਬਣਾ ਜੀ। ਜੀ ਅਤੇ ਤੁਹਾਡੇ ਪ੍ਰੇਰਨਾ ਸਰੋਤ ਕੌਣ ਸੀ? ਇਸ ਤਰ੍ਹਾਂ ਵੀਰ ਜੀ, ਵੀ ਸਾਡੇ ਜਿਹੜੀ ਕਬੱਡੀ ਹੈ ਸਾਡੇ ਪਰਿਵਾਰ ਦੇ ਵਿੱਚ ਹੀ ਸੀ ਜੀ। ਮੇਰੇ ਤੋਂ ਜਿਹੜੇ ਮੇਰੇ ਬ੍ਰਦਰ ਵੱਡੇ ਸੀਗੇ ਉਹ ਸਾਰੇ ਆਪਣੇ ਆਪਣੇ ਸਮੇਂ ਦੇ ਬਹੁਤ ਵਧੀਆ ਪਲੇਅਰ ਹੋਏ ਆ ਜੀ। ਉਹਨਾਂ ਵੱਲ ਦੇਖ ਕੇ ਇਹ ਜਿਹੜਾ ਵਾ ਕਬੱਡੀ ਖੇਡਣ ਦਾ ਸ਼ੌਂਕ ਮੈਨੂੰ ਪੈਦਾ ਹੋਇਆ ਜੀ। ਘਰ ਦੇ ਵਿੱਚ ਇਹ ਸਾਰੇ ਮਿਹਨਤ ਕਰਦੇ ਹੁੰਦੇ ਸੀ, ਲਾਗੇ ਲਾਗੇ ਖੇਡਣ ਜਾਣਾ, ਉਹਨਾਂ ਦੇ ਨਾਲ ਛੋਟੇ ਹੁੰਦਿਆਂ ਚੱਲ ਜਾਣਾ ਦੇਖਣਾ ਜੀ। ਦੇਖਣ ਤੋਂ ਬਾਅਦ ਫਿਰ ਹੌਲੀ ਹੌਲੀ ਇੱਧਰ ਨੂੰ ਰੁਝਾਨ ਹੋ ਗਿਆ ਜੀ। ਅਤੇ ਸ਼ੁਰੂਆਤੀ ਦੌਰ ਦੇ ਵਿੱਚ ਫਿਰ ਤੁਸੀਂ ਕਿਹੜੇ ਵਜਨ ਤੋਂ ਕਬੱਡੀ ਸ਼ੁਰੂ ਕੀਤੀ ਜੀ? ਮੈਂ ਜੀ ਸ਼ੁਰੂ 'ਚ ਅਸੀਂ 28 ਕਿਲੋ ਤੋਂ ਕਬੱਡੀ ਖੇਡਣੀ ਸ਼ੁਰੂ ਕੀਤੀ ਜੀ। ਲਾਗੇ ਪਿੰਡਾਂ 'ਚ ਸਾਈਕਲਾਂ ਸੁਗਲਾਂ 'ਤੇ ਚੱਲ ਜਾਂਦੇ ਹੁੰਦੇ, 28 ਕਿਲੋ, 32 ਕਿਲੋ, 34 ਕਿਲੋ, 38 ਕਿਲੋ ਜੀ, ਇਸ ਵਜਨ ਤੋਂ ਖੇਡਣੀ ਕਬੱਡੀ ਸ਼ੁਰੂ ਕੀਤੀ ਲਾਗੇ ਲਾਗੇ ਜੀ। ਜੀ ਹਾਂਜੀ। ਅਤੇ ਫਿਰ ਓਪਨ ਵਾਲੇ ਪਾਸੇ ਕਦੋਂ ਆਏ ਜੀ? ਓਪਨ ਦੇ ਵਿੱਚ ਫਿਰ ਅਸੀਂ ਜੀ, ਮੈਂ 84 ਕੁ ਦੇ ਵਿੱਚ, 83-84 ਦੇ ਆਸ ਪਾਸ ਓਪਨ ਦੇ ਵਿੱਚ ਕਬੱਡੀ ਖੇਡਣ ਲੱਗ ਪਿਆ ਸੀ ਜੀ। ਹਾਂਜੀ। ਉਦੋਂ ਜਿਹੜਾ ਮੇਰਾ ਬੋਡੀ ਵੇਟ ਤਾਂ 62-63 ਕਿਲੋ ਹੀ ਸੀਗਾ ਜੀ, ਅਤੇ ਉਦੋਂ ਓਪਨ ਦੇ ਵਿੱਚ ਕਬੱਡੀ ਖੇਡਣ ਲੱਗ ਪਿਆ ਸੀ ਜੀ। ਹਾਂਜੀ। ਅਤੇ ਤੁਸੀਂ ਜਿੱਥੇ ਸਰਕਲ ਸਟਾਈਲ ਕਬੱਡੀ ਖੇਡੀ ਹੈ ਉੱਥੇ ਨੈਸ਼ਨਲ ਸਟਾਈਲ ਕਬੱਡੀ ਖੇਡੀ? ਬਿਲਕੁਲ ਜੀ, ਬਿਲਕੁਲ, ਨੈਸ਼ਨਲ ਸਟਾਈਲ ਵੀ ਕਬੱਡੀ ਖੇਡੀ ਮੈਂ ਜੀ, ਸਰਕਲ ਸਟਾਈਲ ਵੀ ਖੇਡੀ ਹੈ। ਨੈਸ਼ਨਲ ਸਟਾਈਲ ਕਬੱਡੀ ਸਕੂਲਾਂ ਦੇ ਵਿੱਚ ਹੁੰਦੀ ਨੈਸ਼ਨਲ ਸੀਗੀ ਉਦੋਂ? ਹਾਂਜੀ। ਸਾਡੇ ਵੇਲੇ ਸਰਕਲ ਸਟਾਈਲ ਤਾਂ ਮਗਰੋਂ ਆਈ ਆ ਸਕੂਲਾਂ ਦੇ ਵਿੱਚ। ਹਾਂਜੀ ਹਾਂਜੀ। ਅਤੇ ਨੈਸ਼ਨਲ ਸਟਾਈਲ ਕਬੱਡੀ ਵੀ ਮੈਂ ਖੇਡਦਾ ਰਿਹਾ ਜੀ। ਆਪਣੇ ਸਮੇਂ 'ਤੇ ਜਿਹੜੀ ਉਦੋਂ ਸਕੂਲਾਂ ਦੇ ਵਿੱਚ ਹੁੰਦੀ ਸੀ ਜੀ, ਉਸ ਸਮੇਂ ਜਿਹੜੀ ਸਭ ਤੋਂ ਟੌਪ ਸੀਗੀ ਸਕੂਲਾਂ ਦੇ ਵਿੱਚ ਕਬੱਡੀ ਨੈਸ਼ਨਲ ਸਟਾਈਲ, ਉਹ ਸਕੂਲ ਨੈਸ਼ਨਲ ਹੁੰਦੀ ਸੀ ਜੀ, ਵੀ ਪੰਜਾਬ ਦੀ ਟੀਮ ਨੂੰ ਰੀਪ੍ਰਜੈਂਟ ਕਰਨਾ ਜੀ। ਅਤੇ ਮੈਂ 86 ਦੇ ਵਿੱਚ ਜਿਹੜਾ ਆ ਉਦੋਂ ਅਸੀਂ ਪੰਜਾਬ ਦੀ ਟੀਮ ਵੱਲੋਂ ਅਗਰਤਲਾ ਤ੍ਰਿਪੁਰਾ ਦੇ ਵਿੱਚ ਸਕੂਲ ਨੈਸ਼ਨਲ ਖੇਡ ਕੇ ਆਏ ਸੀ ਜੀ। ਅਤੇ ਹੋਰ ਤੁਸੀਂ ਕਿੱਥੋਂ ਤੱਕ ਕਬੱਡੀ ਖੇਡੀ ਆ ਨੈਸ਼ਨਲ ਸਟਾਈਲ ਜਿਹੜੀ? ਨੈਸ਼ਨਲ ਸਟਾਈਲ ਉਸ ਤੋਂ ਬਾਅਦ ਫਿਰ ਕਾਲਜਾਂ ਦਾ ਦੌਰ ਸ਼ੁਰੂ ਹੋ ਗਿਆ ਜੀ ਜੀ। ਕਾਲਜ ਦੇ ਵਿੱਚ, ਕਾਲਜਾਂ ਦੇ ਵਿੱਚ 2 ਵਾਰੀ ਮੈਂ ਇੰਟਰਵਰਸਿਟੀ ਖੇਡਿਆ ਅਤੇ 1 ਵਾਰੀ ਆਲ ਇੰਡੀਆ ਇੰਟਰਵਰਸਿਟੀ ਖੇਡਿਆ ਜੀ ਜੀ, 87-88-99 'ਚ ਜੀ। ਅਤੇ 1 ਸਾਲ ਮੈਂ ਯੂਨੀਵਰਸਿਟੀ ਦੀ ਕਪਤਾਨੀ ਵੀ ਕੀਤੀ ਆ ਜੀ। DAV ਕਾਲਜ ਅਸੀਂ ਪੜ੍ਹਦੇ ਹੁੰਦੇ ਸੀ ਅਤੇ ਗੁਰੂ ਨਾਨਕ ਦੇਵ ਜੀ ਯੂਨੀਵਰਸਿਟੀ ਵੱਲੋਂ ਅਸੀਂ 2 ਸਾਲ ਖੇਡੇ, 1 ਵਾਰੀ ਆਲ ਇੰਡੀਆ ਯੂਨੀਵਰਸਿਟੀ ਜੀ ਅਤੇ 2 ਵਾਰੀ ਯੂਨੀਵਰਸਿਟੀ ਜੀ। ਅਤੇ 1 ਸਾਲ ਮੈਂ ਆਲ ਇੰਡੀਆ ਯੂਨੀਵਰਸਿਟੀ ਦੀ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਕਪਤਾਨੀ ਵੀ ਕੀਤੀ ਆ, ਜਿਹੜੀ ਕਿ ਕਾਲਜਾਂ ਦੇ ਵਿੱਚ ਸਭ ਤੋਂ ਟੌਪ ਜਿਹੜੀ ਆ ਇਹਨੂੰ ਮੰਨਿਆ ਜਾਂਦਾ ਜੀ। ਇਹ ਕਿਹੜੇ ਸਨ ਦੀਆਂ ਗੱਲਾਂ ਨੇ ਜੀ? ਇਹ 87-88 ਜੀ ਆ ਜੀ, 88-99, 87-88-99 ਜੀ। ਅਤੇ ਇੱਕ ਪਿੰਡ ਓਪਨ ਦੀ ਜਿਹੜੀ ਕਬੱਡੀ ਹੈ ਉਹ ਤੁਸੀਂ ਆਪਣੇ ਪਿੰਡ ਦੀ ਟੀਮ ਵੱਲੋਂ ਵੀ ਖੇਡੇ ਹੋ ਜਾਂ ਕਿਸੇ ਹੋਰ ਜਿਵੇਂ ਨੇੜੇ ਦੇ ਪਿੰਡ ਦੀ ਟੀਮ ਵੱਲੋਂ ਵੀ? ਸ਼ੁਰੂਆਤੀ ਦੌਰ ਦੇ ਵਿੱਚ ਤਾਂ ਮੈਂ ਅਸੀਂ ਆਪਣੇ ਪਿੰਡ ਵੱਲੋਂ ਹੀ ਖੇਡਿਆ ਜੀ ਜੀ। ਉਸ ਤੋਂ ਬਾਅਦ ਫਿਰ ਜਿੱਦਾਂ ਸਮਾਂ ਸਮਾਂ ਬਦਲਦਾ ਗਿਆ, ਮੈਂ ਵਡਾਲਾ ਫਾਟਕ, ਸਾਡੀ ਮਾਸੀ ਦੇ ਲੜਕੇ ਹੁੰਦੇ ਸੀ, ਬਹੁਤ ਵਧੀਆ ਪਲੇਅਰ ਹੋਏ ਆ ਪੋਲਾ ਵਡਾਲਾ ਅਤੇ ਇੰਦਰਜੀਤ ਵਡਾਲਾ, ਅਸੀਂ ਫਿਰ ਮੈਂ ਉਹਨਾਂ ਦੇ ਪਿੰਡ ਵੱਲੋਂ ਵੀ ਕੁਛ ਸਮਾਂ ਖੇਡਿਆ ਜੀ ਜੀ। ਪਿੰਡ ਪੱਧਰ ਜਿਹੜੀ ਓਪਨ ਸੀਗੀ ਜੀ। ਹਾਂਜੀ। ਉਦੋਂ 1-1, 2-2 ਪਲੇਅਰ ਕੋਈ ਇੱਦਾਂ ਬਾਹਰੋਂ ਖੇਡਦੇ ਹੁੰਦੇ ਸੀਗੇ ਜੀ, ਅਤੇ ਉਹਨਾਂ ਵੱਲੋਂ ਵੀ ਖੇਡੇ ਜੀ। ਅਤੇ ਪਿੰਡ ਦੇ ਕਿਹੜੇ ਖਿਡਾਰੀ ਤੁਹਾਡੇ ਨਾਲ ਜਦੋਂ ਪਿੰਡ ਦੀ ਟੀਮ ਵੱਲੋਂ ਖੇਡੀ ਹੋਈ? ਪਿੰਡ ਦੇ ਖਿਡਾਰੀ ਸਾਡੇ ਨਾਲ, 2 ਤਾਂ ਮੇਰੇ ਬ੍ਰਦਰ ਹੀ ਹੁੰਦੇ ਸੀਗੇ ਜੀ। ਹਾਂਜੀ। ਹੋਰ 1 ਮੁੰਡਾ ਹਰਜਿੰਦਰ ਪੱਪੂ ਹੁੰਦਾ ਸੀ ਜੀ, ਅਤੇ ਦਰਸ਼ਨ ਹੁੰਦਾ ਸੀ ਜੀ, 1-2 ਪਲੇਅਰ ਹੋਰ ਹੁੰਦੇ ਸੀ, 1 ਹਰਦਿਆਲ ਹੁੰਦਾ ਸੀ ਮੁੰਡਾ ਜੀ ਜੀ। ਉਸ ਸਮੇਂ 'ਚ ਇੱਦਾਂ ਦੇ ਪਲੇਅਰ ਸਾਡੇ ਨਾਲ ਜਿਹੜੇ ਹੁੰਦੇ ਸੀਗੇ ਜੀ। ਹਾਂਜੀ। ਅਤੇ
ਕਿਹੜੀਆਂ-ਕਿਹੜੀਆਂ ਸੰਸਥਾਵਾਂ ਵੱਲੋਂ ਕਬੱਡੀ ਖੇਡੀ ਤੁਸੀਂ? ਸੰਸਥਾ ਵੱਲੋਂ ਉਦੋਂ ਸੰਸਥਾ ਨਹੀਂ ਸੀ ਹੁੰਦੀਆਂ ਜਦੋਂ ਅਸੀਂ ਕਬੱਡੀ ਖੇਡਦੇ ਹੁੰਦੇ ਸੀ, ਉਦੋਂ ਜ਼ਿਲ੍ਹਿਆਂ ਦੀਆਂ ਟੀਮਾਂ ਜ਼ਿਆਦਾਤਰ ਹੁੰਦੀਆਂ ਸੀ ਜੀ। ਪੰਜਾਬ ਦੇ ਵਿੱਚ ਤਾਂ ਉਦੋਂ ਦੋ ਤਿੰਨ ਕੁ ਟੀਮਾਂ ਹੀ, ਇੱਕ ਤਾਂ ਬਿਜਲੀ ਬੋਰਡ ਦੀ ਹੁੰਦੀ ਸੀ, ਇੱਕ ਮੰਡੀਕਰਨ ਬੋਰਡ ਦੀ ਹੁੰਦੀ ਸੀ ਜੀ, ਇੱਕ PAP ਦੀ ਹੁੰਦੀ ਸੀ ਜੀ, ਅਤੇ ਜ਼ਿਆਦਾਤਰ ਉਦੋਂ ਮਾਲਵੇ ਦੁਆਬੇ ਦਾ ਜਾਂ ਮਾਝੇ ਦੁਆਬੇ ਦਾ ਇੱਦਾਂ ਦੇ ਸ਼ੋਅ ਮੈਚ ਹੀ ਹੁੰਦੇ ਹੁੰਦੇ ਸੀ ਜੀ। ਹਾਂਜੀ, ਇਸ ਤਰ੍ਹਾਂ ਸੀ ਪਹਿਲਾਂ ਸੰਸਥਾਵਾਂ ਉਹ ਜਿਹੜੀਆਂ ਕਲੱਬਾਂ ਦੇ ਤਾਂ ਕਲੱਬਾਂ ਬਾਅਦ ਦੇ ਹੋਣ 'ਚ ਆਈਆਂ ਜੀ ਜੀ। ਅਤੇ ਤੁਹਾਡੀ ਟੀਮ ਕਿਹੜੀ ਹੁੰਦੀ ਸੀ? ਅਸੀਂ ਜ਼ਿਆਦਾਤਰ ਕਪੂਰਥਲੇ ਟੀਮ ਵੱਲੋਂ ਖੇਡੇ ਜੀ ਜੀ। ਉਹਨਾਂ ਵਿੱਚ ਵਾਰ ਜਾਂ ਕਿਤੇ ਭਾਜੀ ਫਿੱਡੇ ਹੋਣਾ ਨੇ ਕਹਿ ਦੇਣਾ ਅਤੇ PAP ਵੱਲੋਂ ਵੀ ਖੇਡ ਲੈਂਦੇ ਜੀ, ਜਾਂ ਬਿਜਲੀ ਬੋਰਡ ਵੱਲੋਂ ਵੀ ਕਿਤੇ ਨਾ ਕਿਤੇ ਇੱਦਾਂ ਜਿਹੜੇ ਲੋਕਲ ਮੈਚ ਸੀ ਖੇਡ ਲੈਂਦੇ ਸੀ ਜੀ। ਪਰ ਜ਼ਿਆਦਾਤਰ ਸ਼ੋਅ ਮੈਚ ਹੀ ਹੁੰਦੇ ਹੁੰਦੇ ਸੀ, ਮਾਲਵੇ ਦੁਆਬੇ ਅਤੇ ਜ਼ਿਲ੍ਹੇ ਦੀਆਂ ਟੀਮਾਂ ਜਾਂ ਇੱਦਾਂ ਦੇ ਮੈਚ ਹੁੰਦੇ ਹੁੰਦੇ ਸੀ ਜੀ। ਅਤੇ ਤੁਹਾਡੇ ਖੇਡ ਕੈਰੀਅਰ ਦੇ ਕੁਛ ਯਾਦਗਾਰੀ ਮੈਚ? ਯਾਦਗਾਰੀ ਮੈਚ ਤਾਂ ਬਹੁਤ ਨੇ ਖੇਡ ਕੈਰੀਅਰ ਦੇ, ਪਿੰਡਾਂ ਦੇ ਵੀ ਯਾਦਗਾਰੀ ਮੈਚ ਬਹੁਤ ਨੇ, ਜ਼ਿਲ੍ਹਿਆਂ ਦੇ ਯਾਦਗਾਰੀ ਵੀ ਮੈਚ ਵੀ ਬਹੁਤ ਨੇ ਜੀ। ਅਤੇ ਸ਼ੁਰੂਆਤੀ ਦੌਰ ਦੇ ਵਿੱਚ ਜਦੋਂ ਅਸੀਂ ਸਟਾਰਟਿੰਗ ਕੀਤੀ ਆ, ਉਦੋਂ ਸਾਡੇ ਇੱਕ ਇਸ ਹਲਕੇ ਦੇ ਬਹੁਤ ਵਧੀਆ ਪਲੇਅਰ ਹੋਇਆ ਬੋਲਾ ਪੱਤਣ ਜੀ, ਜਿਹਨੂੰ ਅੱਜ ਕੱਲ੍ਹ ਨਵੇਂ ਬੰਦੇ ਮੈਨੂੰ ਲੱਗਦਾ ਵੀ ਥੋੜ੍ਹਾ ਘੱਟ ਜਾਣਦੇ ਹੋਣਗੇ, ਪਰ ਉਹਦੇ ਵਰਗਾ ਰੇਡਰ ਜਿਹੜਾ ਬਹੁਤ ਘੱਟ ਦੁਨੀਆ 'ਚ ਪੈਦਾ ਹੋਇਆ ਜੀ। ਉਹ ਮੈਨੂੰ ਪਹਿਲੀ ਵਾਰੀ ਜਿੱਦਾਂ ਉਹ ਲੈ ਕੇ ਗਿਆ ਖੇਡਣ, ਜਿਹੜੇ ਵੱਡੇ ਮੈਚ ਸੀ ਜੀ, ਫਰੀਦਕੋਟ ਸਾਡਾ ਮੈਚ ਹੋਇਆ ਸੀ ਜੀ, ਅਤੇ ਅਸੀਂ 5 ਜਣੇ ਸੀਗੇ, 3 ਜਾਫੀ ਸੀ, 2 ਰੇਡਰ ਸੀ ਜੀ, ਅਤੇ ਉੱਧਰ ਸਾਰੀ ਟੀਮ ਸੀ। ਹਾਂਜੀ, ਅਤੇ ਉਹ ਯਾਦਗਾਰੀ ਮੈਚ ਉਹਨੇ ਸਾਨੂੰ ਬਾਹਰ ਖੜ੍ਹੇ ਨੂੰ ਇਹ ਗੱਲ ਕਹੀ, ਕਹਿੰਦਾ ਵੀ ਜਵਾਨੋ ਇੱਕ ਵੀ ਜੱਫਾ ਲਿਆ ਦਿਓ ਮੈਚ ਆਪਾਂ ਜਿੱਤ ਜਾਣਾ ਜੀ ਜੀ। ਪਰ ਮੈਂ ਉਸ ਚੀਜ਼ ਤੋਂ ਬੜਾ ਪ੍ਰਭਾਵਿਤ ਹੋਇਆ ਵੀ ਉਹ ਬੰਦੇ ਨੂੰ ਇੰਨਾ ਕੋਨਫੀਡੈਂਸ ਆਪਣੇ ਆਪ 'ਤੇ, ਇੰਨੀ ਮਿਹਨਤ ਸੀ ਉਹਨਾਂ ਦੀ ਜਾਂ ਕਿੱਦਾਂ ਸੀ, ਵਾਕਿਆ ਉਹ ਗੱਲ ਵੀ ਉਹਦੀ ਅਸਲੀਅਤ ਸੀ, ਜੋ ਕਹਿੰਦੇ ਸੀ ਕਰਦੇ ਸੀ, ਇੰਨੀ ਪ੍ਰੈਕਟਿਸ ਸੀ ਉਹਨਾਂ ਦੀ ਕਿ ਬਹੁਤ ਪਰਫੈਕਟ ਰੇਡਰ ਹੋਇਆ ਜੀ ਉਹ ਜੀ। ਉਹ ਯਾਦਗਾਰੀ ਮੈਚ ਸੀ ਇੱਦਾਂ ਦੇ, ਜਿਹੜੇ ਬਹੁਤ ਯਾਦਗਾਰੀ ਮੈਚ, ਇੱਦਾਂ ਖੇੜੇ ਦੋਨੇ ਚੈਂਪੀਅਨਸ਼ਿਪ ਹੋਈ ਸੀਗੀ ਜੀ 94 'ਚ ਜੀ, ਹਰਜੀਤ ਹੋਣਾ ਨਾਲ ਸਾਡਾ ਫਾਈਨਲ ਮੈਚ ਹੋਇਆ ਸੀ, ਉੱਥੇ ਮੈਂ ਹਰਜੀਤ ਨੂੰ 2 ਵਾਰੀ ਫੜਿਆ ਸੀ ਜੀ, ਹਾਫ ਟਾਈਮ 'ਚ ਸਾਡੇ 28-28 ਸਕੋਰ ਸੀ ਜੀ। ਭਾਜੀ ਬਲਵਿੰਦਰ ਫਿੱਡਾ ਸਾਡੇ ਵਾਲਾ ਰੇਡਰ ਸੀ, ਮੰਗੀ ਸੀ, ਹੋਰ 2-3 ਰੇਡਰ ਸੀ ਜੀ। ਮੈਚ ਬੇਸ਼ੱਕ ਅਸੀਂ ਹਾਰ ਗਏ ਸੀ, ਪਰ ਉਹ ਸਾਡਾ ਯਾਦਗਾਰੀ ਮੈਚ ਸੀ ਜੀ। ਬਾਕੀ ਸ਼ੁਰੂਆਤੀ ਜ਼ਿੰਦਗੀ ਜਿੱਦਾਂ ਕਬੱਡੀ ਦੀਆਂ, ਜਿਹਨਾਂ 'ਚ ਜਦੋਂ ਕਬੱਡੀ ਦੇ ਓਪਨ ਵਾਲੇ ਸਰਕਲ ਦੇ ਵਿੱਚ ਲਾ ਲਓ ਜਾਂ ਥੋੜ੍ਹਾ ਚੰਗਿਆਂ ਬੰਦਿਆਂ ਦੇ ਵਿੱਚ ਨਾਂ ਆਇਆ, ਉਹ ਤਾਂ 87 ਕਿਤੇ ਮੈਨੂੰ ਲੱਗਦਾ ਗੱਲ ਆ, ਅਸੀਂ ਇੱਥੇ ਸੁਲਤਾਨਪੁਰ ਗੁਰੂ ਨਾਨਕ ਦੇਵ ਜੀ ਦੇ ਬਰਥਡੇ 'ਤੇ ਮੈਚ ਹੋ ਜਾਂਦੇ ਹੁੰਦੇ ਆ ਜੀ, ਹਰ ਸਾਲ ਹੀ ਹੁੰਦੇ ਉੱਥੇ ਜੀ, ਅਤੇ ਉੱਥੇ ਪਿੰਡਵਾਰ ਮੈਚ ਹੁੰਦੇ ਸੀ ਜੀ, 1 ਜਾਂ 2 ਪਲੇਅਰ ਬਾਹਰੋਂ ਸੀ ਅਤੇ ਮੈਨੂੰ ਟਿੱਬੇ ਵਾਲਿਆਂ ਨੇ ਖਿਡਾਇਆ ਸੀ, ਸਾਡਾ ਮੈਚ ਸੀਗਾ ਤਲਵੰਡੀ ਚੌਧਰੀਆਂ ਨਾਲ ਜੀ। ਉਸ ਸਮੇਂ ਦੇ ਜਿਹੜਾ ਸਾਡੇ ਏਰੀਏ ਦੇ ਨਹੀਂ, ਉਦੋਂ ਆਲ ਓਵਰ ਪੰਜਾਬ ਦਾ ਜਿਹੜਾ ਬਹੁਤ ਵਧੀਆ ਬੈਸਟ ਰੇਡਰ ਜਦੋਂ ਉਦੋਂ ਉਹਨਾਂ ਨੂੰ ਮੰਨਦੇ ਸੀ, ਬਲਕਾਰ ਸਿੰਘ ਭਾਜੀ, ਬਲਕਾਰ ਹਰਨਾਮਪੁਰ ਤੋਂ ਜੀ, ਸਾਡੇ ਬੜੇ ਸੀਨੀਅਰ ਨੇ ਜੀ, ਉਹਨਾਂ ਦਾ ਉਸ ਵੇਲੇ ਤੂਤੀ ਬੋਲਦੀ ਸੀ ਕਬੱਡੀ ਪੂਰੀ ਜੀ, ਅਤੇ ਸਾਡਾ ਪਹਿਲਾ ਕੁ ਮੈਚ ਹੀ ਸੀਗਾ ਉਹਨਾਂ ਨਾਲ ਜੀ, ਅਤੇ ਮੈਂ ਉਹਨਾਂ ਨੂੰ 2-4 ਹੱਥ ਜਿੰਨੀ ਮੇਰੀ ਵੀ ਲੱਗਾ ਨਾ, ਮੈਂ ਉਹਨਾਂ ਨੂੰ ਫੜ ਲਿਆ ਸੀ ਜੀ, ਅਤੇ ਉਹ ਲੋਕ ਜਦੋਂ ਮੈਚ ਖਤਮ ਹੋਇਆ, ਉਹਨਾਂ ਦਾ ਨਾਂ ਬੜਾ ਸੀ, ਅਸੀਂ ਉਦੋਂ ਜੂਨੀਅਰ ਸੀ, ਨਵੇਂ ਪਲੇਅਰ ਸੀ, ਜਦੋਂ ਮੈਚ ਖਤਮ ਹੋਇਆ ਤਾਂ ਲੋਕ, ਕਾਫੀ ਲੋਕ ਜਿਹੜੇ ਬਜ਼ੁਰਗ ਸੀ, ਉਹਨਾਂ ਨੇ ਆ ਕੇ ਇੱਦਾਂ ਮੇਰੇ ਹੱਥ ਫੜ ਕੇ ਵੀ ਦੇਖੇ ਵੀ ਕਾਕਾ ਕੀ ਤੇਰੇ ਹੱਥਾਂ 'ਚ ਆ ਜਾਂ ਕਿੱਦਾਂ ਕਿੱਦਾਂ। ਉਹ ਮੇਰੇ ਸ਼ੁਰੂਆਤੀ ਦੌਰ ਸੀ, ਉਹਨਾਂ ਤੋਂ ਬਾਅਦ ਫਿਰ ਸਾਡਾ ਕਬੱਡੀ ਦੇ ਵਿੱਚ ਜਿਹੜਾ ਬਹੁਤ ਜਿੰਨਾ ਵੀ ਨਾਂ ਬਣਿਆ ਉਦੋਂ ਬਾਅਦ 'ਚ ਬਣੇ ਜੀ। ਜਿਹੜੀ ਤੁਹਾਨੂੰ ਪ੍ਰਸਿੱਧੀ ਹੈ ਉਸ ਮੈਚ? ਬਿਲਕੁਲ ਜੀ, ਬਿਲਕੁਲ ਹਾਂਜੀ, ਕਬੱਡੀ ਦੇ ਵਿੱਚ ਹਾਂਜੀ ਜੀ। ਅਤੇ ਇਸ ਤੋਂ ਇਲਾਵਾ ਕੋਈ ਹੋਰ ਮੈਚ ਜੀ? ਇਹ ਇੱਕ ਸਾਡਾ ਹੋਰ ਵੀਰ ਜੀ ਯਾਦਗਾਰੀ ਮੈਚ ਹੈ, 91 ਦੇ ਵਿੱਚ ਕਰਨਪੁਰ ਚੈਂਪੀਅਨਸ਼ਿਪ ਹੋਈ ਸੀ ਰਾਜਸਥਾਨ 'ਚ ਜੀ, ਅਤੇ ਸਾਡਾ ਹਰਜੀਤ ਹੋਣਾ ਨਾਲ ਮੈਚ ਸੀਗਾ ਜੀ, ਅਤੇ ਉਹ ਜਿੰਨੇ ਕੁ ਮਤਲਬ ਸਾਡੇ ਕੁਛ ਪਲੇਅਰ ਪਹੁੰਚ ਨਹੀਂ ਸਕੇ ਸੀ ਜੀ, ਰੇਡਰ ਸਾਡੇ ਕੋਲ ਥੋੜ੍ਹੇ ਕੁਛ ਘੱਟ ਸੀਗੇ, ਅਤੇ ਜਾਫੀ ਅਸੀਂ ਸਾਰੇ ਸੀਗੇ ਪੂਰੇ ਜਿਹੜੇ ਉਸ ਵੇਲੇ ਖੇਡਦੇ ਸੀ ਇਕੱਠੇ ਜੀ, ਅਤੇ ਹਰਜੀਤ ਹੋਣਾ ਨਾਲ ਮੈਚ ਸੀਗਾ, ਅਤੇ ਹਰਜੀਤ ਨੂੰ ਹਾਫ ਟਾਈਮ ਦੇ ਵਿੱਚ ਉਹਨਾਂ ਨੇ ਬੰਦ ਕਰਕੇ ਰੋਕ ਕੇ ਜੀ, ਅਤੇ ਮੈਚ ਬੇਸ਼ੱਕ ਸਾਨੂੰ ਜਿੱਤ ਗਿਆ ਸੀ, ਪਰ ਹਰਜੀਤ ਨੇ ਜਿੰਨੀਆਂ ਕਬੱਡੀਆਂ ਪਹਿਲਾਂ ਪਾਈਆਂ ਸੀਗੀਆਂ ਜੀ, ਅਸੀਂ ਸਾਰੀ ਵਾਰੀ ਉਹਨੂੰ ਫੜਿਆ ਸੀ ਜੀ। ਇਹ ਸਾਡਾ ਯਾਦਗਾਰੀ ਮੈਚ ਸੀ, ਬੇਸ਼ੱਕ ਮੈਚ ਅਸੀਂ ਹਾਰ ਗਏ ਸੀ, ਸਾਡੇ ਕੋਲ ਰੇਡਰ ਸਾਡੇ ਪਹੁੰਚ ਨਹੀਂ ਸਕੇ ਸੀ ਜੀ, ਅਤੇ ਬਾਕੀ ਹਰਜੀਤ ਹੋਣ ਦੇ ਨਾਲ ਸਾਡੇ ਬਹੁਤ ਜ਼ਿਆਦਾ ਮੈਚ ਹੋਏ ਆ, ਬੜੇ ਮੈਚ ਇਹਦੇ 'ਚ ਯਾਦਗਾਰੀ ਆ, ਹੁਣ ਕਈ ਵਾਰੀ ਜਿੱਤਾਂ ਵੀ ਭੁੱਲ ਜਾਂਦਾ ਜੀ। ਹਾਂਜੀ, ਅਤੇ ਉਹ ਮੈਚ ਤੁਹਾਡਾ ਯਾਦਗਾਰੀ ਬਣਿਆ? ਬਿਲਕੁਲ ਜੀ, ਬਿਲਕੁਲ। ਅਤੇ ਫਿਰ ਉਹ ਮੈਚ ਹਾਰਨ ਦਾ ਕੀ ਕਾਰਨ ਬਣਿਆ ਜੀ? ਸਾਡੇ ਰੇਡਰ ਹੀ ਨਹੀਂ ਪਹੁੰਚ ਸਕੇ ਜੀ,
ਰੇਡਰ ਸਾਡੇ ਕੋਲ ਮਾੜੇ ਸੀ, ਸਾਡੇ ਰੇਡਰ ਉੱਧਰੋਂ ਪੁਆਇੰਟ ਨਹੀਂ ਲਿਆ ਗਿਆ, ਜਿੱਧਰੋਂ ਤੁਸੀਂ ਫੜਦੇ ਸੀ ਤਾਂ ਉੱਧਰ ਜੱਫਾ ਬਰਾਬਰ ਬਿਲਕੁਲ ਬਰਾਬਰ ਪਈ ਜਾਂਦਾ ਸੀ ਜੀ। ਉਹਨਾਂ ਕੋਲ ਰੇਡਰ ਤਿੰਨ ਚਾਰ ਸੀ, ਗਾਘੋ ਸੀ, ਹਰਿਆ ਅਤੇ ਬਿੱਲਾ ਭਿੰਡਰ ਸੀ, ਹਾਂਜੀ ਹਾਂਜੀ ਰਾਜਾ ਸੀ ਜੀ ਹਾਂਜੀ। ਅਤੇ ਇਸ ਤੋਂ ਇਲਾਵਾ ਤੁਸੀਂ ਬਾਹਰਲੇ ਮੁਲਕ ਕਦੋਂ ਤੁਹਾਡਾ ਦੌਰ ਸ਼ੁਰੂ ਹੋਇਆ ਅਤੇ ਕਿੰਨਾ ਚਿਰ ਖੇਡਿਓ, ਕਿਹੜੇ ਕਿਹੜੇ ਮੁਲਕ ਖੇਡਿਓ ਜੀ? ਬਾਹਰਲਾ ਦੌਰ ਜੀ ਮੈਂ 89 'ਚ ਪਹਿਲੀ ਵਾਰੀ 99 'ਚ ਇੰਗਲੈਂਡ ਗਿਆ ਸੀ ਜੀ, 70 ਕਿਲੋ ਦੇ ਖੇਡਣ ਜੀ ਜੀ। ਅਤੇ ਮੇਰੇ ਬ੍ਰਦਰ ਸੀਗੇ ਉੱਥੇ ਮੇਰੇ ਤੋਂ ਵੱਡੇ ਨੇ, ਮੇਜਰ ਸਿੰਘ ਭੰਡਾਲ ਜੀ, ਉਹਨਾਂ ਦੇ ਉੱਦਮ ਸਦਕਾ ਜੀ ਉਹਨਾਂ ਨੇ ਸਾਡੇ ਇੱਥੇ ਲੋਕਲ ਸੁਰਖਪੁਰ ਤੋਂ ਹੁੰਦੇ ਸੀਗੇ ਕਰਮਜੀਤ ਕੰਮਾ ਜੀ, ਕੰਮਾ ਓਇਲੇ ਦੇ ਨਾਂ ਨਾਲ ਮਸ਼ਹੂਰ ਨੇ ਅੱਜ ਕੱਲ੍ਹ ਇੰਗਲੈਂਡ ਦੀ ਫੈਡਰੇਸ਼ਨ ਦੇ ਵਿੱਚ, ਉਹ ਆਪ ਵੀ ਬਹੁਤ ਵਧੀਆ ਖੁਦ ਬਹੁਤ ਸੋਹਣੇ ਪਲੇਅਰ ਸੀ, ਉਹਨਾਂ ਨੇ ਮੈਨੂੰ ਸੱਦਿਆ ਸੀ ਜੀ। ਅਤੇ ਉਦੋਂ ਉੱਥੇ ਗਏ ਸੀਗੇ 10-12 ਟੂਰਨਾਮੈਂਟ ਜਿੰਨੇ ਸੀਗੇ ਜੀ ਅਸੀਂ ਖੇਡੇ 70 ਕਿਲੋ ਦੇ, ਅਤੇ ਨਾਲ ਮੈਂ ਓਪਨ ਵੀ ਖੇਡਿਆ ਸੀ ਉੱਦਾਂ ਉਦੋਂ ਸਾਊਥ ਹਾਲ ਦੀ ਟੀਮ ਵੱਲੋਂ, ਪਰ ਗਿਆ ਮੈਂ 70 ਕਿਲੋ ਖੇਡਣੇ ਸੀ ਜੀ ਹਾਂਜੀ। ਅਤੇ ਉਦੋਂ ਦੌਰ ਤੁਹਾਡਾ ਸ਼ੁਰੂ ਹੋਇਆ ਜੀ? ਉਹ ਬਿਲਕੁਲ ਜੀ। ਉਸ ਤੋਂ ਬਾਅਦ ਫਿਰ ਇੰਗਲੈਂਡ ਕਿੰਨਾ ਕਦੋਂ ਕਦੋਂ ਇੰਗਲੈਂਡ ਮੈਂ 10 ਸਾਲ ਖੇਡਿਆ ਜੀ। ਉਸ ਤੋਂ ਬਾਅਦ 91 ਦੇ ਵਿੱਚ ਮੈਂ ਕਨੇਡਾ ਗਿਆ ਪਹਿਲੀ ਵਾਰੀ ਇੰਡੀਆ ਟੀਮ ਵੱਲੋਂ ਖੇਡਣ ਜੀ ਜੀ। ਜਿਹੜਾ ਕਨੇਡਾ ਕੱਪ ਉਦੋਂ ਸ਼ੁਰੂਆਤ ਹੋਈ ਸੀਗੀ ਕਨੇਡਾ ਕੱਪ ਦੀ ਪਹਿਲੇ ਸਾਲ ਹੀ, ਅਤੇ ਸਾਨੂੰ ਅਰਜਨ ਕੌਂਕਿਆਂ ਦਾ ਇੱਕ ਬਹੁਤ ਪੁਰਾਣਾ ਪਲੇਅਰ ਹੋਇਆ, ਬਹੁਤ ਸੁੰਦਰ ਪਲੇਅਰ ਹੋਇਆ ਜੀ ਅਰਜਨ ਕੌਂਕੇ, ਬੜਾ ਨਾਂ ਹੋਇਆ ਉਹਨਾਂ ਦਾ, ਉਹ ਸਾਨੂੰ ਲੈ ਕੇ ਗਏ ਸੀਗੇ ਇੰਗਲੈਂਡ ਤੋਂ ਜੀ ਇੰਡੀਆ ਟੀਮ ਵੱਲੋਂ ਜੀ। ਅਤੇ ਉੱਥੇ ਅਸੀਂ ਉਹ ਕਨੇਡਾ ਕੱਪ ਖੇਡਿਆ ਸੀ, ਅਤੇ ਸੈਕਿੰਡ ਰਹੀ ਸੀ ਸਾਡੀ ਟੀਮ ਉਦੋਂ ਜੀ ਕਨੇਡਾ ਕੱਪ 'ਚ ਜੀ। ਅਤੇ 3 ਸਾਲ ਮੈਂ ਉਹ ਲਗਾਤਾਰ ਇੰਡੀਆ ਟੀਮ ਵੱਲੋਂ ਖੇਡਿਆ ਜੀ ਕਨੇਡਾ ਕੱਪ, 91, 92, 93 ਜੀ। ਅਤੇ ਟੋਟਲੀ ਮੈਂ 5 ਕੱਪ ਖੇਡਿਆ ਜੀ ਉਹ ਕਨੇਡਾ ਕੱਪ ਜੀ। 1 ਸਾਲ USA ਟੀਮ ਵੱਲੋਂ ਖੇਡਿਆ ਸੀ 95 'ਚ, 1 ਸਾਲ ਵੈਨਕੂਵਰ ਦੀ ਟੀਮ ਵੱਲੋਂ ਖੇਡੇ ਸੀ ਜੀ। ਅਤੇ ਉਸ ਤੋਂ ਬਾਅਦ ਅਮਰੀਕਾ ਜਾਣ ਦਾ ਵੀ ਮੌਕਾ ਮਿਲਿਆ, 94, 95 ਅਤੇ 97 3 ਸਾਲ ਮੈਂ ਉੱਥੇ ਵਰਲਡ ਕੱਪ ਖੇਡਿਆ ਜੀ ਵੈਨਕੂਵਰ, 2-3 ਵਰਲਡ ਕੱਪ 97 'ਚ ਹੀ ਖੇਡਿਆ, 99 'ਚ ਵੀ ਖੇਡਿਆ ਜੀ, ਅਤੇ 95 'ਚ ਵੀ ਖੇਡਿਆ ਜੀ। ਅਤੇ ਉਦੋਂ ਤੋਂ ਦੌਰ 89 ਤੋਂ ਲੈ ਕੇ ਜਿਹੜਾ ਦੌਰ ਹੈ ਇੱਦਾਂ ਹੀ ਚੱਲਦਾ ਰਿਹਾ ਜੀ ਜੀ। ਅਤੇ ਬਾਹਰਲੇ ਮੁਲਕ ਦੀਆਂ ਵੀ ਕੁਛ ਯਾਦਾਂ ਜ਼ਰੂਰ ਸਾਂਝੀਆਂ ਕਰੋ ਜੀ ਸਾਡੇ ਦਰਸ਼ਕਾਂ ਨਾਲ। ਬਾਹਰਲੇ ਮੁਲਕ ਦੀਆਂ ਯਾਦਾਂ ਇੱਦਾਂ ਜੀ ਬਹੁਤ ਵਧੀਆ ਮੈਚ ਹੁੰਦੇ ਰਹੇ ਆ ਜੀ। ਜਦੋਂ ਅਸੀਂ ਪਹਿਲਾਂ ਗਏ ਹਾਂ ਅਤੇ 95 ਦੇ ਵਿੱਚ ਜਿਹੜਾ ਉੱਥੇ ਕੱਪ ਹੋਇਆ ਸੀ, ਉਦੋਂ ਪਹਿਲੀ ਵਾਰੀ ਅਸੀਂ ਉਹਨਾਂ 'ਤੇ ਖੇਡੇ ਸੀਗੇ ਜਿਹੜੇ ਮੈਟ ਨੇ ਜੀ, ਅਤੇ ਉਹ ਦੇਖਣ ਨੂੰ ਪਹਿਲਾਂ ਤਾਂ ਹੋਰ ਤਰ੍ਹਾਂ ਮਹਿਸੂਸ ਹੁੰਦਾ ਹੈ, ਪਰ ਬਹੁਤ ਵਧੀਆ ਲੱਗਾ ਖੇਡਣ ਨੂੰ ਉੱਥੇ ਜੀ। ਉਦੋਂ USA ਦੀ ਟੀਮ ਵੱਲੋਂ ਖੇਡੇ ਸੀਗੇ ਅਸੀਂ, ਅਤੇ ਯਾਦਗਾਰੀ ਮੈਚ ਤਾਂ ਬਹੁਤ ਨੇ ਉੱਥੇ ਵੀ ਜੀ। ਇੱਦਾਂ ਅਸੀਂ ਜਦੋਂ ਪਹਿਲੀ ਵਾਰੀ ਮੈਂ ਇੰਗਲੈਂਡ ਗਿਆ ਤਾਂ ਅਸੀਂ 11-12 ਟੂਰਨਾਮੈਂਟ ਖੇਡੇ, ਜਿਹਦੇ ਵਿੱਚੋਂ 10 ਜਿੱਤੇ ਸੀ ਜੀ। ਸਾਰੇ ਯਾਦਗਾਰੀ ਆ ਤਕਰੀਬਨ ਜੀ। ਅਤੇ ਥੋੜ੍ਹੇ ਪਲੇਅਰ ਸੀਗੇ ਹੁੰਦੇ ਉਦੋਂ, ਥੋੜ੍ਹੇ ਜਾਂਦੇ ਹੁੰਦੇ ਕੁਛ ਪਲੇਅਰ, ਅੱਜ ਕੱਲ੍ਹ ਤਾਂ ਆਮ ਹੀ ਸਾਰੇ ਬਾਹਰ ਜਾਣ ਆਉਣ ਬਣ ਗਿਆ, ਸਾਧਨ ਬਣ ਗਏ ਆ। ਉਦੋਂ ਕੁਛ ਕੁ ਪਲੇਅਰ, ਚੰਦ ਕੁ ਪਲੇਅਰ ਪੰਜਾਬ 'ਚੋਂ 8-10-12 ਕੁ ਪਲੇਅਰ ਜਿਹੜੇ ਸੀਗੇ ਉਹ ਜਾਂਦੇ ਆਉਂਦੇ ਸੀ ਜੀ। ਅਤੇ ਤੁਹਾਡੇ ਹੁਣ ਤੱਕ ਮਾਨ ਸਨਮਾਨ ਕਿੰਨੇ ਕੁ ਹੋਏ ਜੀ? ਮਾਨ ਸਨਮਾਨ ਤਾਂ ਬਹੁਤ ਆ ਜੀ ਜੀ, ਦੁਨਿਆਵੀ ਮਾਨ ਸਨਮਾਨ ਵੀ ਹੈ ਅਤੇ ਇੱਕ ਆਪਣੇ ਮੈਂਟਲੀ ਮਾਨ ਸਨਮਾਨ ਵੀ ਆ ਜੀ। ਜਿਹੜਾ ਨਾ ਆਪਾਂ ਜਿਹਨੂੰ ਕਹਿੰਦੇ ਹਾਂ ਵੀ ਅੱਜ ਹੋਰ ਦੌਰ ਆ ਜੀ, ਜੋ ਸਾਡੇ ਵੇਲੇ ਸੀਗੇ ਮਾਨ ਸਨਮਾਨ ਉਹ ਇੱਦਾਂ ਸੀਗਾ ਵੀ ਕਿਸੇ ਨੂੰ ਸਪੈਸ਼ਲ ਪ੍ਰਾਈਜ਼ ਦੇ ਦੇਣਾ, ਹਾਂਜੀ ਹਾਂਜੀ, ਕਿਸੇ ਨੂੰ ਕੋਈ ਛੋਟਾ ਜਿਹਾ ਦੇ ਦੇਣਾ, ਹਾਂਜੀ। ਅਤੇ ਜ਼ਿਆਦਾਤਰ ਉਦੋਂ ਹੁੰਦੇ ਸ਼ੋਅ ਮੈਚ ਸੀ ਜੀ, ਸ਼ੋਅ ਮੈਚ ਹੁੰਦੇ ਸੀ, ਉਹਨਾਂ ਦੇ ਵਿੱਚ ਇਹ ਦੌਰ ਘੱਟ ਸੀ ਜੀ। ਬਾਕੀ ਮਾਨ ਸਨਮਾਨ ਇੱਦਾਂ ਵੀ ਜਿੱਦਾਂ ਇਹ ਚੰਗੇ ਟੂਰਨਾਮੈਂਟ ਜਿਹੜੇ ਬਹੁਤ ਵਧੀਆ ਟੂਰਨਾਮੈਂਟ ਲੋਕ ਕਰਵਾਉਂਦੇ ਆ ਉਹ ਸੱਦਦੇ ਆ, ਉੱਥੇ ਸਾਨੂੰ ਉਹ ਚੇਤੇ ਕਰਦੇ ਆ, ਉੱਥੇ ਗਿਆਂ ਤੋਂ ਪਤਾ ਲੱਗਦਾ ਕਈ ਵਾਰੀ ਵੀ ਤੁਸੀਂ ਇਹ ਆਏ ਆ, ਇਹਨਾਂ ਦਾ ਮਾਨ ਸਨਮਾਨ ਆ ਜਾਂ ਇਹਦਾ, ਉਦੋਂ ਉੱਥੇ ਜਾ ਕੇ ਹੁੰਦੀਆਂ ਕਮੇਟੀਆਂ ਕਰਦੀਆਂ ਜੀ ਹਾਂਜੀ। ਅਤੇ ਕੁਛ ਕਿੱਦਾਂ ਦੇ ਵੀ ਹੋਣਗੇ ਫਿਰ ਉਹਨਾਂ ਦਾ ਵੀ ਜ਼ਿਕਰ ਕਰ ਦਿਓ ਜੀ, ਇੱਦਾਂ ਦੇ ਮਾਨ ਸਨਮਾਨ ਵੀ ਜਿਹੜਾ ਤੁਹਾਨੂੰ ਪਤਾ ਨਹੀਂ ਸੀ ਵੀ ਤੁਹਾਨੂੰ ਸਨਮਾਨ ਵਾਸਤੇ ਬੁਲਾਇਆ। ਉਹ ਬੜੇ ਜਗ੍ਹਾ ਹੋਇਆ, ਮੈਂ ਪਿੱਛੇ ਜਿਹਾ ਥੋੜ੍ਹਾ ਚਿਰ ਹੋਇਆ ਐਤਕੀ, ਮੇਰਾ ਖਿਆਲ ਆ ਜਨਵਰੀ ਜਾਂ ਫਰਵਰੀ 'ਚ ਸੀਗਾ, ਹਾਂਜੀ, ਇੱਕ ਉੱਧਰ ਟੂਰਨਾਮੈਂਟ ਸੀਗਾ ਫਰਵਾਹੀ ਜੀ, ਆਪਣੇ ਬਰਨਾਲੇ ਦੇ ਲਾਗੇ ਆ, ਹਾਂਜੀ। ਉਹ ਮੇਰੇ ਬੜੇ ਨਜ਼ਦੀਕੀ ਮੁੰਡੇ ਮਿੱਤਰ ਨੇ ਸਰਵੇ ਹੋਣੀ ਜੀ, ਅਤੇ ਉੱਥੇ ਅਸੀਂ ਗਏ, ਉਹ ਮੈਨੂੰ ਕਹਿੰਦੇ ਵੀ ਤੁਸੀਂ ਆਉਣਾ ਜ਼ਰੂਰ ਹੈ ਟੂਰਨਾਮੈਂਟ 'ਤੇ ਨਾ, ਉਹਨਾਂ ਦਾ ਪਿਆਰ ਆ। ਮੈਂ ਉੱਥੇ ਗਿਆ ਤਾਂ ਮੈਨੂੰ ਉੱਥੇ ਗਏ ਤੋਂ ਪਤਾ ਲੱਗਾ ਵੀ ਉਹਨਾਂ ਨੇ ਮੈਨੂੰ ਗੋਲਡ ਮੈਡਲ ਨਾਲ ਸਨਮਾਨਿਤ ਕਰਨਾ ਜੀ। ਉੱਥੇ ਜਦੋਂ ਬੈਠੇ ਸੀ ਅਤੇ ਬੈਠਿਆ, ਉਹਨਾਂ ਨੇ ਮੈਨੂੰ ਆਵਾਜ਼ ਮਾਰ ਕੇ ਕਿਹਾ ਜੀ ਅਸੀਂ ਇਹਨਾਂ ਦਾ ਜਿਹੜਾ ਗੋਲਡ ਮੈਡਲ ਨਾਲ ਸਨਮਾਨ ਕਰਨਾ ਜੀ। ਉੱਥੇ ਗਿਆ ਤੋਂ ਕਈ ਵਾਰੀ ਪਤਾ ਲੱਗਦਾ ਹੈ
ਜੀ ਹਾਂਜੀ ਮਤਲਬ ਇਹ ਇਹ ਵੱਡਾ ਸਨਮਾਨ ਹੈ ਜੀ ਬਿਲਕੁਲ ਬਿਲਕੁਲ ਠੀਕ ਹੈ ਨਹੀਂ ਤਾਂ ਫਿਰ ਅੱਜ ਕੱਲ੍ਹ ਤਾਂ ਐਡ ਪਹਿਲਾਂ ਸ਼ੁਰੂ ਹੋ ਜਾਂਦੀਆਂ ਨੇ ਬਿਲਕੁਲ ਬਿਲਕੁਲ ਤੁਹਾਨੂੰ ਚਿੱਤ ਚੇਤੇ ਵੀ ਨਹੀਂ ਸੀ ਤੁਹਾਨੂੰ ਸਟੇਜ ਤੋਂ ਅਨਾਊਂਸ ਕੀਤਾ ਵੀ ਉਹਨਾਂ ਦਾ ਮਾਨ ਸਨਮਾਨ ਕਰੋ ਬਿਲਕੁਲ ਜੀ ਬਿਲਕੁਲ ਬਹੁਤ ਵੱਡੀ ਖੁਸ਼ੀ ਹੈ ਇਹ ਵੀ ਇੱਕ ਹਾਂਜੀ ਹਾਂਜੀ ਜੋ ਤੁਹਾਡੇ ਹਿੱਸੇ ਹੀ ਹੈ ਜੀ ਬਿਲਕੁਲ ਜੀ ਅਤੇ ਉਸ ਸਮੇਂ ਤੁਹਾਡੇ ਸਮਕਾਲੀ ਖਿਡਾਰੀ ਕਿਹੜੇ ਕਿਹੜੇ ਸੀ ਦੇਖੋ ਜਿਹੜੇ ਤਾਂ ਸਾਡੀ ਟੀਮ 'ਚ ਜ਼ਿਆਦਾਤਰ ਖੇਡਦੇ ਸੀ ਅਸੀਂ ਇਕੱਠੇ ਖੇਡਦੇ ਸੀ ਉਹ ਅਸੀਂ ਮੇਰੇ ਨਾਲ ਜਾਫੀ ਹੁੰਦੇ ਸੀ ਮਹਿੰਦਰ ਸਿੱਧਵਾਂ ਤੋਂ ਜੀ ਮਹਿੰਦਰ ਸਿੰਘ ਸਿੱਧੂ ਸਿੱਧਵਾਂ ਅੱਜ ਕੱਲ੍ਹ ਇੰਗਲੈਂਡ ਰਹਿੰਦੇ ਨੇ ਜੀ ਖਾਨੋ ਵਾਲੀ ਅਜਿੰਦਰ ਜੀ ਇਹ ਵੀ ਸਾਡੇ ਸਮਕਾਲੀ ਹੋਏ ਆ ਇੰਦਰਜੀਤ ਬਡਾਲੇ ਤੋਂ ਜੀ ਇਹ ਜਾਫੀ ਜਿਹੜੇ ਹੁੰਦੇ ਸੀ ਸਾਡੇ ਨਾਲ ਦੇ ਉਸ ਸਮੇਂ ਦੇ ਇਹ ਸਾਡੇ ਸਮਕਾਲੀ ਜਾਫੀ ਹੋਏ ਨੇ ਨੇਕੀ ਸਿੱਧਵਾਂ ਵਾਲਾ ਜੀ ਇਹ ਅਸੀਂ ਜਿੱਦਾਂ ਉਸ ਸਮੇਂ ਦੇ ਜਿਹੜੇ ਸਾਡੀ ਟੀਮ ਵੱਲੋਂ ਜ਼ਿਆਦਾਤਰ ਹੁੰਦੇ ਸੀ ਅਤੇ ਰੇਡਰਾਂ ਦੇ ਵਿੱਚ ਹੁੰਦੇ ਸੀ ਜਿਹੜਾ ਬਹੁਤ ਵਧੀਆ ਉਸ ਵੇਲੇ ਰੇਡਰ ਹੁੰਦਾ ਸੀ ਪੋਲਾ ਵਡਾਲੇ ਤੋਂ ਜੀ ਉਹ ਸਾਡੀ ਮਾਸੀ ਜੀ ਦਾ ਲੜਕਾ ਆ ਅਤੇ ਪੋਲਾ ਹੁੰਦਾ ਸੀ ਬਹੁਤ ਵਧੀਆ ਰੇਡਰ ਮੰਗੀ ਹੋਣੀ ਮੰਗੀ ਸੁਰਖਪੁਰ ਜੀ ਇਹ ਬਹੁਤ ਵਧੀਆ ਹੁੰਦਾ ਸੀ ਬਿੰਦਰ ਸੈਦੋਵਾਲ ਇਹ ਸਾਡੇ ਸਮਕਾਲੀ ਜਿਹੜੇ ਪਲੇਅਰ ਸੀ ਸਾਡੀ ਟੀਮ ਦੇ ਉੱਦਾਂ ਜਿੱਦਾਂ ਉਸ ਸਮੇਂ ਦੇ ਵਿੱਚ ਜਿਹੜੇ ਸੀਗੇ ਹਰਜੀਤ ਬਰਾੜ ਬਿੱਲਾ ਭਿੰਡਰਾਂ ਵਾਲਾ ਜੀ ਉੱਧਰ ਮਾਲਵੇ ਦੇ ਵਿੱਚੋਂ ਪੱਪੀ ਗਾਜੀ ਆਣੀਆਂ ਚੈਨਾ ਸਿੱਧਵਾਂ ਵਾਲਾ ਇਹ ਸਾਰੇ ਪਲੇਅਰ ਉਸ ਵੇਲੇ ਹੁੰਦੇ ਸੀ ਗਾਗੋ ਹੁੰਦਾ ਸੀ ਜੀ ਰਾਜਾ ਹੁੰਦਾ ਸੀ ਗਾਜੀ ਆਣੀਆਂ ਕਾਲੇ ਦਾ ਭਰਾ ਕਾਲਾ ਘੋਲੀਆ ਗੇਲਾ ਮੇਜਰ ਚੜੇਕ ਇਹ ਪਲੇਅਰ ਇੱਕ ਬਿੰਦਰ ਹੁੰਦਾ ਸੀਗਾ ਉੱਥੇ ਦਾ ਉਹ ਵੀ ਮੇਰਾ ਖਿਆਲ ਪੱਪੀ ਦਾ ਪੇਂਡੂ ਹੁੰਦਾ ਸੀ ਉਹੀ ਕਾਫੀ ਟਾਈਮ ਅਸੀਂ ਖੇਡੇ ਇਕੱਠੇ ਬਾਘਾ ਮਲਕਿਆਂ ਵਾਲਾ ਹਰਪ੍ਰੀਤ ਬਾਬਾ ਜੀ ਇਹ ਪਲੇਅਰ ਜਿਹੜੇ ਸੀਗੇ ਉਦੋਂ ਉਸ ਸਮੇਂ ਦੇ ਵਿੱਚ ਉੱਧਰ ਮਾਲਵੇ ਦੇ ਵਿੱਚ ਹੁੰਦੇ ਸੀ ਅਤੇ ਇੱਧਰ ਸਾਡੇ ਮਾਝੇ ਦੇ ਵਿੱਚ ਜਿੱਦਾਂ ਪੱਪੂ ਹੁੰਦਾ ਸੀ ਬਖਤਿਆਰ ਪੱਪੂ ਜੀ ਛੱਬਾ ਸਰਬਜੀਤ ਛੱਬਾ ਇਹ ਭਾਜੀ ਰਣਜੀਤ ਰਾਣਾ ਵੰਝ ਜੀ ਜੀ ਇਹ ਹੁੰਦੇ ਸੀ ਉਦੋਂ ਜੋ ਸਾਡੇ ਤੋਂ ਸੀਨੀਅਰ ਵੀ ਸੀ ਪਰ ਅਸੀਂ ਇਕੱਠੇ ਵੀ ਖੇਡੇ ਹਾਂ ਜੀ ਕਾਫੀ ਸਮਾਂ ਜੀ ਹਾਂਜੀ ਅਤੇ ਤੁਹਾਡਾ ਮਨਪਸੰਦ ਖਿਡਾਰੀ ਕਿਹੜਾ ਸੀ ਉਸ ਟਾਈਮ 'ਤੇ ਉਹਨਾਂ 'ਚੋਂ ਜੀ ਰੇਡਰ ਵੀ ਅਤੇ ਜਾਫੀ ਵੀ ਉਸ ਟਾਈਮ 'ਤੇ ਜਿਹੜੇ ਜਿਹੜੇ ਸਾਡੇ ਸਮਕਾਲੀ ਪਲੇਅਰ ਸੀ ਨਾ ਜੀ ਉਹਦੇ ਵਿੱਚ ਮਨਪਸੰਦ ਪਲੇਅਰ ਜਿਹੜਾ ਰੇਡਰ ਸੀਗਾ ਉਹ ਸੀਗਾ ਮੇਰਾ ਪੋਲਾ ਵਡਾਲੇ ਤੋਂ ਜੀ ਜੀ ਸਾਡੀ ਮਾਸੀ ਦਾ ਲੜਕਾ ਵੀ ਸੀ ਬਹੁਤ ਸੁੰਦਰ ਰੇਡਰ ਹੋਇਆ ਜੀ ਔਰ ਬਹੁਤ ਇੱਦਾਂ ਸੀਗਾ ਵੀ ਜਦੋਂ ਟੱਚ ਕਰਕੇ ਪਿੱਛੇ ਹੋ ਗਿਆ ਨਾ ਅਤੇ ਸਾਡੇ ਆਮ ਲਾਗੇ ਲਾਗੇ ਜ਼ਿਲ੍ਹੇ ਦੇ ਵਿੱਚ ਪਿੰਡਾਂ ਦੇ ਵਿੱਚ ਜਿਹੜਾ ਨੰਬਰ ਲਿਖਣ ਵਾਲਾ ਹੁੰਦਾ ਸੀ ਨਾ ਉਹ ਪਹਿਲਾਂ ਨੰਬਰ ਲਿਖ ਦਿੰਦਾ ਸਾਡੀ ਕਈ ਵਾਰੀ ਇਸ ਗੱਲ ਤੋਂ ਲੜਾਈ ਵੀ ਹੁੰਦੀ ਰਹੀ ਆ ਉਹ ਅਗਲੇ ਨੇ ਕਹਿਣਾ ਤੂੰ ਪਹਿਲਾਂ ਨੰਬਰ ਕਿਉਂ ਲਿਖਿਆ ਉਹ ਬੰਦੇ ਨੂੰ ਨੰਬਰ ਲਿਖਣ ਵਾਲੇ ਨੂੰ ਵੀ ਇੰਨਾ ਕੌਨਫੀਡੈਂਸ ਹੁੰਦਾ ਸੀਗਾ ਵੀ ਹੱਥ ਲਾ ਕੇ ਪਰੇ ਹੋ ਗਿਆ ਹੁਣੇ ਆ ਗਿਆ ਆ ਗਿਆ ਜੀ ਉਹਨੂੰ ਵੀ ਵਿਸ਼ਵਾਸ ਹੁੰਦਾ ਸੀ ਵੀ ਹੁਣ ਨਹੀਂ ਹੱਥ ਆਉਂਦਾ ਹੁਣ ਨਹੀਂ ਹੱਥ ਆਉਂਦਾ ਬਹੁਤ ਵਧੀਆ ਰੇਡਰ ਹੋਇਆ ਜੀ ਉਹ ਜਿਹੜੇ ਸਾਡੇ ਸਮਕੇ ਲਈ ਸੀ ਉਸ ਵੇਲੇ ਅਤੇ ਉੱਦਾਂ ਦਾ ਉਦੋਂ ਚੰਗੇ ਰੇਡਰ ਤਾਂ ਹੋਰ ਵੀ ਬਹੁਤ ਚੰਗੇ ਰੇਡਰ ਸੀ ਜਿੱਦਾਂ ਲੱਖਾ ਗਾਜੀਪੁਰੀਆ ਬਹੁਤ ਵਧੀਆ ਰੇਡਰ ਸੀ ਇਹ ਹਰਜੀਤ ਬਰਾੜ ਬਹੁਤ ਵਧੀਆ ਰੇਡਰ ਸੀ ਇਹ ਬਹੁਤ ਰੇਡਰ ਵਧੀਆ ਹੋਏ ਆ ਪਰ ਜਿਹਦੇ ਇਕੱਠੇ ਟੀਮ 'ਚ ਖੇਡਦੇ ਰਹੇ ਹਾਂ ਇਸ ਕਰਕੇ ਉਹ ਜਿੱਦਾਂ ਮੇਰਾ ਮਨਪਸੰਦ ਪਲੇਅਰ ਸੀ ਜੀ ਅਤੇ ਜਾਫੀਆਂ 'ਚੋਂ ਕਿਹੜਾ ਸੀ ਜਾਫੀਆਂ 'ਚੋਂ ਜੀ ਉਸ ਸਮੇਂ ਇਹ ਭਾਜੀ ਰਾਣਾ ਵੰਝ ਜੀ ਜੀ ਉਹਨਾਂ ਨੂੰ ਮੈਂ ਬਹੁਤ ਵਧੀਆ ਜਾਫੀ ਮੰਨਦਾ ਉੱਦਾਂ ਹੋਰ ਵੀ ਬੜੇ ਚੰਗੇ ਜਾਫੀ ਹੋਏ ਆ ਪਰ ਬਹੁਤ ਵਧੀਆ ਜਾਫੀ ਹੋਇਆ ਪਰ ਜਿਹੜੇ ਅਸੀਂ ਸਮਕਾਲੀ ਇਕੱਠੇ ਹੋਏ ਹਾਂ ਉਹਦੇ ਵਿੱਚ ਇਹ ਮਹਿੰਦਰ ਸਿੱਧਵਾਂ ਵਾਲਾ ਬਹੁਤ ਵਧੀਆ ਜਾਫੀ ਹੋਇਆ ਬਹੁਤ ਵਧੀਆ ਜਾਫੀ ਪਿਆਰਾ ਜਾਫੀ ਹੋਇਆ ਬਹੁਤ ਸਮਾਂ ਅਸੀਂ ਇਕੱਠੇ ਖੇਡੇ ਜੀ ਹਾਂਜੀ ਅਤੇ ਦੇਬਾ ਜੀ ਤੁਹਾਡੇ ਕੋਚ ਕੌਣ ਸੀ ਜੀ ਦੇਖੋ ਜੀ ਸਕੂਲ ਟਾਈਮ ਜਦੋਂ ਕਿ ਅਸੀਂ ਪੜ੍ਹਦੇ ਸੀਗੇ ਅਤੇ ਉਦੋਂ ਪਹਿਲਾਂ ਸ਼ੁਰੂਆਤੀ ਤਾਂ ਵੈਸੇ ਪਰਿਵਾਰ ਤੋਂ ਹੋਈ ਆ ਬਾਕੀ ਫਿਰ ਵੀ ਜਿੱਥੋਂ ਜਿੱਥੋਂ ਚੀਜ਼ ਕੋਈ ਗ੍ਰਹਿਣ ਕਰਨ ਨੂੰ ਮਿਲਦੀ ਕਰਦੇ ਰਹੇ ਹਾਂ ਜੀ ਬਿਲਕੁਲ ਜੀ ਸਕੂਲਾਂ ਦੇ ਵਿੱਚ ਜਦੋਂ ਸਟਾਰਟਿੰਗ ਸਕੂਲ ਦੇ ਵਿੱਚ ਦਾਖਲ ਹੋਏ ਤਾਂ ਉੱਥੇ ਇਹ ਪੀ ਟੀ ਆਈ ਸੋਹਣ ਲਾਲ ਸੂਦ ਜੀ ਹੁੰਦੇ ਸੀ ਜੀ ਸਿੱਧਵਾਂ ਦੋਨਾਂ ਤੋਂ ਸਿੱਧਵਾਂ ਸਕੂਲ 'ਚ ਅਸੀਂ ਪੜ੍ਹਦੇ ਸੀ ਹਾਂਜੀ ਅਤੇ ਉਹਨਾਂ ਨੇ ਸਾਨੂੰ ਜਿਹੜੇ ਉਸ ਸਮੇਂ ਦੇ ਸੀਗੇ ਸਕੂਲ ਵਾਈਜ਼ ਜਾਂ ਉਹਨਾਂ ਨੇ ਸਾਨੂੰ ਦਾ ਪੇਜ ਦੱਸੇ ਜੀ ਜੀ ਉਹਨਾਂ ਕੋਲੋਂ ਅਸੀਂ ਸਿੱਖ ਕੇ ਫਿਰ ਗਾਂਹ ਜਿਹੜਾ ਅਗਲਾ ਸਟੈਪ ਅਗਲੀ ਪਲਾਂਘ ਪੱਟੀ ਆ ਹਾਂਜੀ ਉਸ ਤੋਂ ਬਾਅਦ ਫਿਰ ਜਿੱਦਾਂ ਸੱਤਵੀਂ ਅੱਠਵੀਂ ਦਾ ਉਵੇਂ ਦਸਵੀਂ ਚੱਲ ਗਿਆ ਅਤੇ ਪਲੱਸ ਵਨ 'ਚ ਇੱਕ ਕਪੂਰਥਲੇ ਸਾਡੇ ਨਾ ਨੈਸ਼ਨਲ ਸਟਾਈਲ ਦਾ ਵਿੰਗ ਹੁੰਦਾ ਸੀ ਜੀ ਟੀਮ ਹੁੰਦੀ ਨੈਸ਼ਨਲ ਸਟਾਈਲ ਦੀ ਹਾਂਜੀ ਅਤੇ ਉੱਥੇ ਕੋਚ ਹੁੰਦੇ ਸੀ ਸਰਦਾਰ ਸ਼ੇਰ ਸਿੰਘ ਜੀ ਜੀ ਫਿਰ ਉਹਨਾਂ ਦੀ ਰਹਿਨਮਾਈ ਥੱਲੇ ਵੀ ਅਸੀਂ ਇਹ ਸਾਲ ਦੋ ਸਾਲ ਪ੍ਰੈਕਟਿਸ ਕੀਤੀ ਆ ਜੀ ਅਤੇ ਉਹਨਾਂ ਦੀ ਕੋਚਿੰਗ ਜਿਹੜੀ ਸੀ ਉਹਨਾਂ ਤੋਂ ਵੀ ਬਹੁਤ ਚੀਜ਼ਾਂ ਬਹੁਤ ਜ਼ਿਆਦੀਆਂ ਚੀਜ਼ਾਂ ਜਿਹੜੀਆਂ ਉਹਨਾਂ ਕੋਲੋਂ ਅਸੀਂ ਸਿੱਖੀਆਂ ਜੀ ਜੀ ਅਤੇ ਇਹ ਤਾਂ ਸੀ ਤੁਹਾਡੇ ਕੋਚ ਜੀ
ਤੇ ਤੁਸੀਂ ਕੋਚਿੰਗ ਦੌਰਾਨ ਕਿੰਨੇ ਕੁ ਖਿਡਾਰੀ ਸਾਡੀ ਖੇਡ ਕਬੱਡੀ ਦਿੱਤੇ ਨੇ ਅਤੇ ਕਿਹੜੇ ਕਿਹੜੇ ਜੀ? ਇਸ ਤਰ੍ਹਾਂ ਜੀ, ਦੇਣ ਨੂੰ ਤਾਂ ਆਪਾਂ ਕੀ ਦੇ ਸਕਦੇ ਹਾਂ, ਮਤਲਬ ਕੋਸ਼ਿਸ਼ ਹੁੰਦੀ ਆ ਜੀ, ਬਿਲਕੁਲ ਜੀ। ਅਤੇ ਬਹੁਤ ਸਾਰੇ ਪਲੇਅਰ, ਅਨੇਕਾਂ ਪਲੇਅਰ ਆ ਜਿਹੜੇ ਸਾਡੇ ਟੀਮ ਦੇ ਵਿੱਚੋਂ ਖੇਡ ਕੇ ਜਾਂ ਸਾਡੇ ਕਲੱਬ ਦੇ ਵਿੱਚੋਂ ਖੇਡ ਕੇ ਜਾਂ ਸਾਡੇ ਕੋਲ ਖੇਡ ਕੇ ਇਹ ਪਲੇਅਰ ਬਣੇ ਨੇ, ਜਿਹਨਾਂ ਦੇ ਵਿੱਚ ਮੋਟੇ ਤੌਰ 'ਤੇ ਆਪਾਂ ਲਾ ਲਈਏ ਅੱਜ ਕੱਲ੍ਹ ਦੇ ਜੋ ਬਹੁਤ ਨਾਮਵਰ ਪਲੇਅਰ ਨੇ, ਸੁੱਖਾ ਭੜਾਲ ਜੀ, ਉਹ ਮੇਰਾ ਚੇਲਾ ਬਾਲਕਾ ਹੈ ਜੀ, ਮੇਰੇ ਪਿੰਡ ਤੋਂ ਵੀ ਆ। ਪਾਲਾ ਜਲਾਲਪੁਰੀ ਆ, ਇਹ ਸਾਡੇ ਕੋਲ ਰਿਹਾ, ਸਾਡੀ ਜਿਹੜੀ ਟੀਮ ਸੀਗੀ, ਬੰਦੇ ਜਿਹੜੇ ਸਾਡੇ ਟੀਮ ਵਰਕ ਕਰਦੇ ਸੀਗੇ, ਅਸੀਂ ਟੀਮ ਬਣਾਈ ਸੀ, ਉਹ ਟੀਮ 'ਚ ਇਹ ਪਾਲਾ ਜਲਾਲਪੁਰੀ ਆ ਉੱਥੋਂ ਨਿਕਲਿਆ ਜੀ। ਗਗਨ ਜੋਗੇਵਾਲ ਜੀ, ਇਹ ਸਾਡੇ 'ਚੋਂ ਨਿਕਲ ਕੇ ਗਿਆ ਜੀ। ਇਹ ਸੋਨੂੰ ਬ੍ਰਹਮਵਾਲ, ਸੋਨੂੰ ਜੰਪ ਜਿਹਨੂੰ ਕਹਿੰਦੇ, ਹਾਂਜੀ ਹਾਂਜੀ, ਉਹ ਵੀ ਸਾਡੇ ਕਲੱਬ 'ਚੋਂ ਨਿਕਲਿਆ। ਸ਼ੁਰਲੀ ਤਨਾਲੀ ਹੋਣੀ, ਇਹ ਕਮਲ ਨਵੇਂ ਪਿੰਡ ਵਾਲਾ ਸਾਡੇ ਕਲੱਬ 'ਚੋਂ ਹੋ ਕੇ ਗਿਆ ਜੀ। ਫਿਰ ਸੰਦੀਪ ਸੁਰਖਪੁਰ ਵਾਲਾ, ਹਾਂਜੀ, ਬਾਨਾ ਪਹਿਲਾਂ ਸਾਡੇ ਕਲੱਬ 'ਚ ਖੇਡਿਆ ਜੀ। ਬਹੁਤ ਸਾਰੇ ਅਨੇਕਾਂ ਪਲੇਅਰ ਨੇ ਜਿਹੜੇ ਵੀ ਸਾਡੇ 'ਚੋਂ ਸਾਡੀ ਟੀਮ 'ਚ ਆ ਕੇ ਇੱਥੋਂ ਸਿੱਖ ਕੇ ਤਕੜੇ ਹੋ ਕੇ ਗਾਂਹ ਆਪੋ ਆਪਣੇ ਰੋਜ਼ੀ ਰੋਟੀ ਕਮਾਉਣ ਡਿਆ, ਕਰੋੜਾਂ ਰੁਪਈਆ ਕਮਾਉਂਦੇ, ਕੁਛ ਬਾਹਰ ਜਾ ਕੇ ਸੈੱਟ ਹੋ ਗਿਆ। ਜੇ ਆਪਾਂ ਗਿਣੀਏ ਤਾਂ ਬਹੁਤ ਲੰਬੀ ਲਿਸਟ ਬਣ ਜਾਂਦੀ ਹੈ ਜੀ। ਹਾਂਜੀ, ਕਾਫੀ ਪਲੇਅਰ ਨੇ। ਬਿਲਕੁਲ ਬਿਲਕੁਲ ਜੀ, ਅਸੀਂ ਇਹ ਜੇ ਕਬੱਡੀ ਖੇਡੀ ਆ, ਪਹਿਲਾਂ ਦੇਖੀ ਆ, ਫਿਰ ਖੇਡੀ ਆ, ਫਿਰ ਖਿਡਾਈ ਆ ਜੀ। ਜੇ ਕਬੱਡੀ ਨੇ ਸਾਨੂੰ ਕੁਛ ਦਿੱਤਾ ਤਾਂ ਕਬੱਡੀ ਦੀ ਝੋਲੀ ਦੇ ਵਿੱਚ ਵੀ ਅਸੀਂ ਬਹੁਤ ਸਾਰੇ ਪਲੇਅਰ ਜਿਹੜੇ ਅਨੇਕਾਂ ਪਲੇਅਰ ਇੱਦਾਂ ਦੇ ਜਿਹੜੇ ਕਬੱਡੀ ਦੀ ਝੋਲੀ ਦੇ ਵਿੱਚ ਪਾਏ ਆ ਜੀ। ਇਸ ਤੋਂ ਇਲਾਵਾ ਹੋਰ ਕੀ ਪ੍ਰਾਪਤੀਆਂ ਰਹੀਆਂ ਨੇ ਤੁਹਾਡੀਆਂ ਕਬੱਡੀ 'ਚ? ਦੇਖੋ, ਕਬੱਡੀ ਖੇਡਣ ਤੋਂ ਬਾਅਦ ਦੇ ਵਿੱਚ ਅਸੀਂ ਇੱਕ ਸਾਰੇ ਸੱਜਣ ਮਿੱਤਰਾਂ ਨੇ ਰਲ ਕੇ ਇੱਕ ਕਬੱਡੀ ਕਲੱਬ ਬਣਾਇਆ ਸੀ ਜੀ। ਜਦੋਂ ਕਿ ਕਲੱਬਾਂ ਦਾ ਦੌਰ ਸ਼ੁਰੂ ਹੋਇਆ, ਅਸੀਂ ਫਿਰ ਕਲੱਬ ਬਣਾਇਆ। ਪਹਿਲਾਂ ਤਾਂ ਕੁਛ ਉਹਦਾ ਲੋਕਲ ਟੂਰਨਾਮੈਂਟ ਹੀ ਹੁੰਦੇ ਸੀ ਪੰਜਾਬ ਦੇ ਵਿੱਚ। ਦਸ਼ਮੇਸ਼ ਸਪੋਰਟਸ ਕਲੱਬ ਕਪੂਰਥਲਾ ਜੀ, ਜਿਹਨੂੰ ਦਸ਼ਮੇਸ਼ ਕਬੱਡੀ ਕਲੱਬ ਕਪੂਰਥਲਾ ਦੇ ਨਾਂ ਦੇ ਨਾਲ ਵੀ ਜਾਣਿਆ ਜਾਂਦਾ ਸੀ ਜੀ, ਉਹ ਬਣਾਇਆ ਜੀ। ਅਤੇ ਬਹੁਤ ਨਵੇਂ ਪਲੇਅਰਾਂ ਨੂੰ ਮੌਕਾ ਦਿੱਤਾ ਉਹਦੇ ਵਿੱਚ। ਬਹੁਤ ਵਧੀਆ ਟੀਮ ਸੀ ਸਾਡੇ ਕੋਲ ਜੀ, ਬਹੁਤ ਕੱਪ ਜਿੱਤੇ ਵੀ, ਸੈਕਿੰਡ ਵੀ ਰਹੇ, ਨਵੇਂ ਪਲੇਅਰਾਂ ਨੂੰ ਲਿਆ ਕੇ ਵੀ ਅੱਗੇ ਕੀਤਾ। ਉਹਨਾਂ ਤੋਂ ਬਾਅਦ ਜਿਹੜੇ ਕਲੱਬਾਂ ਦੇ ਦੌਰ ਤੋਂ ਬਾਅਦ ਫਿਰ ਸ਼ੁਰੂ ਹੋਇਆ ਫੈਡਰੇਸ਼ਨਾਂ ਦਾ ਦੌਰ ਜੀ। ਪਹਿਲਾਂ ਤਾਂ ਇੱਕ ਹੀ ਫੈਡਰੇਸ਼ਨ ਹੁੰਦੀ ਸੀ ਜਾਂ ਲੋਕਲ ਮੈਚ ਹੀ ਲੋਕ ਕਰਵਾਉਂਦੇ ਹੁੰਦੇ ਸੀ। ਉਹ ਫਿਰ ਅਸੀਂ ਸਾਰਿਆਂ ਨੇ ਰਲ ਕੇ ਆਪਣੇ ਟੋਨੀ ਕਾਲਖ ਜੀ ਜੀ, ਜਗਤਾਰ ਧਨੌਲਾ ਅਤੇ ਆਪਣੇ ਚੈਨਾ ਸਿੱਧਮਾਲਾ, ਇਹ ਸਾਰਿਆਂ ਨੇ ਰਲ ਕੇ ਅਸੀਂ ਇੱਕ ਧੀਰਾ ਡਡਵਿੰਡੀ ਤੋਂ ਜੀ, ਅਸੀਂ ਸਾਰਿਆਂ ਰਲ ਕੇ ਫਿਰ ਇੱਕ ਫੈਡਰੇਸ਼ਨ ਬਣਾਈ ਸੀ ਜੀ। ਕਲੱਬਾਂ ਤੋਂ ਬਾਅਦ ਫੈਡਰੇਸ਼ਨ ਬਣ ਗਈ ਅਤੇ ਉਹ ਫੈਡਰੇਸ਼ਨ ਦਾ ਮੈਂ ਵਿੱਚ ਥੋੜ੍ਹਾ ਚਿਰ ਜਿੱਦਾਂ ਇਹ ਪ੍ਰਧਾਨ ਵੀ ਰਿਹਾ ਜੀ ਜੀ, 2010 ਤੋਂ ਲੈ ਕੇ 2011 ਤੱਕ ਜੀ। ਹਾਂਜੀ, ਅਤੇ ਉਹ ਫਿਰ ਫੈਡਰੇਸ਼ਨ ਵੀ ਚਲਾਈ ਜੀ, ਉਹਨੂੰ ਵੀ ਔਰਗਨਾਈਜ਼ ਕੀਤਾ। ਪਹਿਲਾਂ ਕਬੱਡੀ ਖੇਡੀ, ਫਿਰ ਕਬੱਡੀ ਖਿਡਾਈ ਜੀ, ਉਸ ਤੋਂ ਬਾਅਦ ਕਬੱਡੀ ਨੂੰ ਔਰਗਨਾਈਜ਼ ਵੀ ਕੀਤਾ, ਔਰਗਨਾਈਜ਼ ਵੀ ਕੀਤਾ ਜੀ। ਹਾਂਜੀ ਜੀ, ਇਹ ਸਾਰੇ ਜਿਹੜੇ ਸਮੇਂ ਦੇ ਨਾਲ ਜਿੱਦਾਂ ਦਾ ਕਬੱਡੀ ਦੇ ਰੰਗ ਢੰਗ ਬਦਲਦੇ ਗਏ, ਉੱਦਾਂ ਉੱਦਾਂ ਦੇ ਅਸੀਂ ਨਾਲ ਦੀ ਨਾਲ ਜਿਹੜਾ ਸੀਗਾ ਉਹਨੂੰ ਉੱਪਰ ਕਰੀ ਗਏ, ਉੱਪਰ ਕਰੀ ਗਏ। ਹਾਂਜੀ, ਅਤੇ ਕੁੱਲ ਮਿਲਾ ਕੇ ਤੁਸੀਂ ਕਿੰਨੇ ਸਾਲ ਕਬੱਡੀ ਖੇਡੀ ਜੀ? ਮੈਂ ਲਗਭਗ 20 ਸਾਲ ਦੇ ਆਸ ਪਾਸ ਕਬੱਡੀ ਖੇਡੀ ਜੀ ਜੀ, ਕਿਉਂ ਅਸੀਂ 28 ਕਿੱਲੋ ਤੋਂ ਸ਼ੁਰੂ ਕੀਤਾ ਸੀ ਕੰਮ, ਅਤੇ ਹੌਲੀ 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 ਫਿਰ ਗਾਂ ਦੀ ਗਾਂ ਅੱਗੇ ਚੱਲਦਾ ਗਿਆ। ਹਾਂਜੀ, ਅਤੇ ਛੱਡੀ ਕਿਹੜੇ ਸਨ ਜੀ? ਮੈਂ 99 'ਚ ਜੀ। ਕੀ ਕਾਰਨ ਸੀ ਕਬੱਡੀ ਛੱਡਣ ਦਾ ਜੀ? ਕਬੱਡੀ ਛੱਡਣ ਦਾ ਕਾਰਨ ਇਸ ਤਰ੍ਹਾਂ ਸੀਗਾ ਵੀ ਉਦੋਂ ਮੇਰੇ ਥੋੜ੍ਹਾ ਗੋਡੇ ਨੂੰ ਪ੍ਰੋਬਲਮ ਆ ਗਈ ਸੀ, ਇੱਕ ਮੋਢੇ ਨੂੰ ਪ੍ਰੋਬਲਮ ਆ ਗਈ ਸੀ ਜੀ, ਅਤੇ ਉਹ ਫਿਰ ਉਹਦਾ ਟ੍ਰੀਟਮੈਂਟ ਕਰਵਾਈ, ਇੱਦਾਂ ਤਾਂ ਆਪਰੇਸ਼ਨ ਵਗੈਰਾ ਵੀ ਕਰਵਾਇਆ ਸੀ ਪਰ ਉਹ ਪੂਰਾ ਪਰਫੈਕਟ ਨਹੀਂ ਹੋਇਆ ਜੀ, ਅਤੇ ਉਹਦਾ ਕਾਰਨ ਜਿਹੜਾ ਸੀਗਾ ਫਿਰ ਉਹ ਛੱਡਣਾ ਪਿਆ ਜੀ ਜੀ। ਹਾਂਜੀ, ਇਸ ਕਰਕੇ ਕਬੱਡੀ ਤੁਹਾਨੂੰ ਛੱਡਣੀ ਪਈ, ਨਹੀਂ ਤਾਂ ਫਿਰ ਹਜੇ ਹੋਰ ਖੇਡਦੇ ਅੱਗੇ? ਹੋ ਸਕਦਾ ਹੋਰ ਖੇਡਦੇ ਜੀ। ਹਾਂਜੀ, ਅਤੇ ਪੜ੍ਹਾਈ ਕਿੱਥੋਂ ਤੱਕ ਕੀਤੀ ਤੁਸੀਂ? ਪੜ੍ਹਾਈ ਮੈਂ BA ਕੀਤੀ ਜੀ ਜੀ। ਹਾਂਜੀ, ਅਤੇ DAV ਕਾਲਜ ਜਲੰਧਰ ਤੋਂ ਜੀ ਜੀ। ਕੋਈ ਨੌਕਰੀ ਵਗੈਰਾ ਦਾ ਸਬੱਬ ਨਹੀਂ ਬਣਿਆ ਜੀ? ਨਹੀਂ ਜੀ, ਨੌਕਰੀ ਨਹੀਂ ਕੀਤੀ। ਨੌਕਰੀ ਉਦੋਂ ਬਾਹਰ ਅੰਦਰ ਜਾਣ ਆਉਣ ਦਾ ਬਣਿਆ ਹੋਇਆ ਸੀਗਾ, ਪ੍ਰੋਗਰਾਮ ਬਾਹਰ ਚਲ ਜਾਂਦੇ ਸੀ, ਆ ਜਾਂਦੇ, ਬਹੁਤੀ ਤਵੱਜੋ ਵੀ ਨਹੀਂ ਦਿੱਤੀ ਉੱਧਰ ਨੂੰ ਜੀ। ਹਾਂਜੀ ਜੀ, ਮਤਲਬ ਕਿ ਤੁਹਾਡਾ ਇਹੀ ਸੀਗਾ ਵੀ ਆਪਣਾ ਬਾਹਰ ਦਾ ਸਰਕਲ ਜਿਹੜਾ? ਬਿਲਕੁਲ ਬਿਲਕੁਲ ਜੀ, ਬਾਹਰ ਆਉਣ ਜਾਣ ਬਣਿਆ ਸੀ ਜੀ। ਹਾਂਜੀ, ਅਤੇ ਅੱਜ ਕੱਲ੍ਹ ਪਰਿਵਾਰ ਦੇ ਵਿੱਚ ਕੌਣ ਕੌਣ ਹੋਈ ਸੀ? ਅੱਜ ਕੱਲ੍ਹ ਪਰਿਵਾਰ ਦੇ ਵਿੱਚ ਮੇਰੇ ਫਾਦਰ ਸਾਹਿਬ ਹੈ ਜੀ, ਮਦਰ ਦੀ ਡੈਥ ਹੋ ਗਈ ਸੀ
ਜੀ ਤੇ ਮੇਰੇ ਬੱਚੇ ਆ ਦੋ ਬੇਟੀਆਂ ਆ ਜੀ ਇੱਕ ਬੇਟਾ ਆ ਜੀ ਤੇ ਮੇਰੀ ਵਾਈਫ ਆ ਜੀ ਹਾਂਜੀ ਤੇ ਹੁਣ ਕੋਈ ਕਬੱਡੀ ਖੇਡਦਾ ਪਰਿਵਾਰ 'ਚੋਂ ਜੀ ਪਰਿਵਾਰ ਦੇ ਵਿੱਚ ਹੁਣ ਫਿਲਹਾਲ ਤਾਂ ਨਹੀਂ ਖੇਡਦਾ ਬੇਟਾ ਛੋਟਾ ਆ ਜੀ ਉਹ ਹਜੇ ਸ਼ੁਰੂ ਕਰੂਗਾ ਹੌਲੀ ਹੌਲੀ ਲੱਗਦਾ ਹਜੇ ਤਾਂ ਉਹਦਾ ਸਕੂਲ ਦੇ ਵਿੱਚ ਤਾਂ ਵਾਲੀਬਾਲ ਹੀ ਖੇਡਦਾ ਉਹ ਅਤੇ ਹਜੇ ਛੋਟਾ ਆ ਹਜੇ ਜੀ ਮਾੜਾ ਮੋਟਾ ਸ਼ੁਰੂ ਕਰਦੇ ਹਾਂ ਵੀ ਕਿੱਦਾਂ ਕਿੱਦਾਂ ਗੱਲਬਾਤ ਆ ਜੀ ਜਾਂਦਾ ਗਰਾਊਂਡ 'ਤੇ ਜਾਂਦਾ ਆ ਠੀਕ ਹੈ ਜੀ ਹਾਂਜੀ ਹਜੇ ਉੱਦਾਂ ਪ੍ਰੋਪਰ ਨਹੀਂ ਜੀ ਆਪਾਂ ਕਹੀਏ ਪਲੇਅਰ ਆ ਕੋਈ ਹੁਣ ਸਾਡੇ ਪਰਿਵਾਰ 'ਚ ਪਲੇਅਰ ਨਹੀਂ ਗਏ ਹੁਣ ਜੀ ਹਾਂਜੀ ਅਤੇ ਇੱਕ ਦੇਬਾ ਜੀ ਵੱਡਾ ਬਦਲਾਵ ਜਿਹੜਾ ਕਬੱਡੀ ਦੇ ਵਿੱਚ ਆਇਆ ਹੈ ਤੁਹਾਡੇ ਵੇਲੇ ਮਿਹਨਤ ਵੀ ਹੋਰ ਸੀ ਕਬੱਡੀ ਦੇ ਰੂਲ ਵੀ ਹੋਰ ਸੀ ਕਬੱਡੀ ਵੀ ਹੋਰ ਸੀ ਖੁਰਾਕਾਂ ਵੀ ਹੋਰ ਸੀ ਸਾਰਾ ਕੁਝ ਬਿਲਕੁਲ ਜੀ ਅਤੇ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਕਿਸ ਤਰ੍ਹਾਂ ਦੀ ਮਿਹਨਤ ਕਿਸ ਤਰ੍ਹਾਂ ਦੀ ਖੁਰਾਕ ਅਤੇ ਉਹਨਾਂ ਨੂੰ ਮਤਲਬ ਕਿ ਕਬੱਡੀ ਦੇ ਵਿੱਚ ਸਟਾਰ ਬਣਨ ਦੇ ਲਈ ਕਿਸ ਤਰ੍ਹਾਂ ਦੀ ਮਤਲਬ ਕਿ ਐਕਟੀਵਿਟੀ ਉਹ ਕਰਨੀ ਚਾਹੀਦੀ ਹੈ ਐਕਟੀਵਿਟੀ ਇੱਦਾਂ ਕਬੱਡੀ ਜਿਹੜੀ ਹੁਣ ਇੱਕ ਰਿਵਾਜੀ ਜਿਹੀ ਹੋ ਗਈ ਜਿੱਦਾਂ ਰਿਵਾਜ ਜਿਹਾ ਹੋ ਗਿਆ ਨਾ ਆਪਾਂ ਲਾ ਲਈਏ ਵੀ ਕਬੱਡੀ ਦੇ ਵਿੱਚ ਜਾਂ ਕੱਪੜੇ ਦਾ ਰਿਵਾਜ ਬਦਲ ਗਿਆ ਜਾਂ ਹੋਰ ਚੀਜ਼ਾਂ ਇਹ ਰਿਵਾਜ ਜਿਹਾ ਬਦਲ ਗਿਆ ਆਰਟੀਫਿਸ਼ਲ ਖੁਰਾਕ ਜਿਹੜੀ ਆ ਜੀ ਲੋਕ ਲੈਣ ਲੱਗ ਪਏ ਵੀ ਉਹਦਾ ਕਾਰਨ ਇਹ ਵੀ ਰਾਤੋਂ ਰਾਤ ਮੈਂ ਸਟਾਰ ਪਲੇਅਰ ਬਣ ਜਾਵਾਂ ਇਹ ਕਾਰਨ ਆ ਜਿਹੜੇ ਕਬੱਡੀ ਦੇ ਵਿੱਚ ਆਏ ਆ ਜੀ ਹੈ ਨਾ ਇਹ ਨਹੀਂ ਤਾਂ ਦੇਸੀ ਖੁਰਾਕ ਜਿਹੜੀ ਸੀ ਨਾ ਤਾਂ ਕੋਈ ਦੇਸੀ ਖੁਰਾਕ ਹੀ ਖਾਂਦਾ ਨਾ ਕੋਈ ਉੱਨੀ ਮਿਹਨਤ ਹੀ ਕਰਦਾ ਜੀ ਜਿੰਨੀ ਮਿਹਨਤ ਪੁਰਾਣੇ ਪਲੇਅਰ ਕਰਦੇ ਸੀ ਹੁਣ ਤੁਸੀਂ ਲਾ ਲਓ ਇਹ ਪਹਿਲੇ ਜਿਹੜੇ ਪਲੇਅਰ ਸੀਗੇ ਉਹ ਇੱਕ ਜਾਂ ਦੋ ਰੇਡਰ ਹੀ ਹੁੰਦੇ ਸੀ ਤਾਂ ਸਾਰਾ ਸਾਰਾ ਮੈਚ ਉਹ ਦੋਨੇ ਬੰਦੇ ਕਬੱਡੀਆਂ ਪਾਉਂਦੇ ਈਵਨ ਕਿ ਕਈ ਵਾਰੀ ਸਾਰਾ ਸਾਰਾ ਦਿਨ ਹੀ ਪਾਉਣੀਆਂ ਪੈਂਦੀਆਂ ਸੀ ਤਿੰਨ ਤਿੰਨ ਚਾਰ ਚਾਰ ਮੈਚ ਖੇਡਣ ਪੈਂਦੇ ਅਤੇ ਅੱਜ ਕੱਲ੍ਹ ਪੰਜ ਪੰਜ ਰੇਡਰ ਆ ਪੰਜ ਪੰਜ ਜਾਫੀ ਆ ਉਹ ਸਾਰੇ ਪਹਿਲਾਂ ਖੇਡਣ ਤੋਂ ਪਹਿਲਾਂ ਹੀ ਥੱਕੇ ਹੁੰਦੇ ਆ ਜੀ ਬਿਲਕੁਲ ਉਹਦਾ ਕਾਰਨ ਇਹ ਆ ਵੀ ਉਹ ਪ੍ਰੋਪਰ ਜਿਹੜੀ ਖੁਰਾਕ ਨਹੀਂ ਲੈ ਰਿਹਾ ਪ੍ਰੋਪਰ ਪ੍ਰੈਕਟਿਸ ਨਹੀਂ ਕਰ ਰਿਹਾ ਜੀ ਉਹ ਜੋ ਦੌਰ ਚੱਲ ਰਿਹਾ ਆ ਉਸ ਦੌਰ ਦੇ ਮਗਰ ਲੱਗ ਕੇ ਜਾਂ ਮੀਡੀਏ 'ਤੇ ਜੋ ਚੱਲ ਰਿਹਾ ਆ ਜਾਂ ਜਿੱਦਾਂ ਦੀਆਂ ਗੱਲਾਂ ਬਾਤਾਂ ਚੱਲ ਰਹੀਆਂ ਉੱਧਰ ਨੂੰ ਚੱਲ ਰਿਹਾ ਪਰ ਬਹੁਤ ਵਧੀਆ ਕੰਮ ਨੇਗਾ ਇਹ ਮਾੜਾ ਆ ਗਲਤ ਕੰਮ ਆ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਆ ਇਹ ਕੋਈ ਚੰਗਾ ਕੰਮ ਨਹੀਂ ਜੀ ਬਿਲਕੁਲ ਜੀ ਨਤੀਜੇ ਨੇ ਜਿਹੜੇ ਮਾੜੇ ਨਿਕਲਣਗੇ ਜੀ ਹਾਂਜੀ ਬਿਲਕੁਲ ਜੀ ਕਿਉਂਕਿ ਜਿਹੜੀ ਸਾਡੀ ਕੁਦਰਤੀ ਖੁਰਾਕਾਂ ਨੇ ਉਹਨਾਂ ਤੋਂ ਕਿਨਾਰਾ ਕੀਤਾ ਜਾ ਰਿਹਾ ਬਿਲਕੁਲ ਅਤੇ ਦੂਸਰਾ ਇਹ ਹੈ ਵੀ ਜਿਹੜੀ ਮਿਹਨਤ ਹੈ ਉਹਦਾ ਵੀ ਫਰਕ ਹੈ ਕਾਫੀ ਹੁਣ ਖੁਰਾਕ ਦੇ ਸਿਰ 'ਤੇ ਹੀ ਤਕੜਾ ਹੋ ਜਾਏ ਬਿਲਕੁਲ 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 ਬਹੁਤ ਫਰਕ ਪੈ ਗਿਆ ਹੁਣ ਕਬੱਡੀ ਹੋਰ ਹੀ ਕਿਸੇ ਬੰਨੇ ਨੂੰ ਚਲ ਗਈ ਆ ਹੁਣ ਤੁਸੀਂ ਦੇਖ ਲਓ ਜੀ ਕਬੱਡੀ ਦੀ ਕਮੈਂਟਰੀ ਆ ਜੀ ਕਮੈਂਟਰੀ ਵਾਲੀ ਦੇਖ ਲਓ ਤੁਸੀਂ ਕਬੱਡੀ ਹੋ ਰਹੀ ਆ ਜੀ ਹੁਣੀ ਜਿਹੜੀ ਆ ਉਹ ਕਬੱਡੀ ਦੀ ਗੱਲ ਚਾਹੀਦੀ ਉੱਥੇ ਜੀ ਉੱਥੇ ਕਬੱਡੀ ਦੀ ਗੱਲ ਘੱਟ ਹੁੰਦੀ ਆ ਹੋਰ ਆਮ ਲੋਕਾਂ ਦੀ ਗੱਲ ਜ਼ਿਆਦਾ ਹੁੰਦੀ ਆ ਜੀ ਮੁੱਖ ਕਾਰਨ ਇਹ ਵੀ ਕਬੱਡੀ ਵਿੱਚ ਗਿਰਾਵਟ ਆਈ ਆ ਹਰ ਇੱਕ ਬੰਦਾ ਕਮੇਟੀ ਵਾਲਾ ਜਿਹੜਾ ਜਾਂ ਕੋਈ ਬਾਹਰੋਂ ਅੰਦਰੋਂ ਆਉਂਦਾ ਟੂਰਨਾਮੈਂਟ ਕਰਾਉਂਦੇ ਆ ਉਹ ਉਹਨਾਂ ਨੂੰ ਆਪਣੇ ਆਪ ਨਾਲ ਹੀ ਸਰੋਕਾਰ ਆ ਜੀ ਜੋ ਮੈਂ ਹੀ ਕਰ ਰਿਹਾ ਕਬੱਡੀ ਨਾਲ ਕਿਸੇ ਨੂੰ ਕੋਈ ਨਹੀਂ ਹੁਣ ਤੁਸੀਂ ਇਹ ਦੇਖੋ ਵੀ ਰਾਤ ਨੂੰ ਦੋ ਦੋ ਤਿੰਨ ਤਿੰਨ ਵਜੇ ਤੱਕ ਚਾਰ ਚਾਰ ਵਜੇ ਤੱਕ ਲਾਈਟਾਂ ਜਗਾ ਕੇ ਮੈਚ ਹੁੰਦੇ ਇਹ ਕੋਈ ਕਬੱਡੀ ਥੋੜ੍ਹੀ ਆ ਜੀ ਬਿਲਕੁਲ ਅਨੁਸ਼ਾਸਨ ਹੈ ਨਹੀਂ ਕਿਸੇ ਕੋਲ ਬਿਲਕੁਲ ਜੀ ਮੈਚ ਜਿਹੜਾ ਆ ਉਹ 10 ਵਜੇ ਸਟਾਰਟ ਹੋਵੇ ਅਸੀਂ ਕਿਹੜਾ ਖੇਡਣ ਨਹੀਂ ਜਾਂਦੇ ਰਹੇ ਬਿਲਕੁਲ ਸਾਈਕਲਾਂ 'ਤੇ ਭਾਵੇਂ ਲੋਕ ਜਾਂਦੇ ਰਹੇ ਆ ਬਿਲਕੁਲ ਜੀ ਹੁਣ ਜਿਹਨੇ ਖੇਡਣਾ ਤਾਂ ਖੇਡਣਾ ਜਿਹਨੇ ਦੇਖਣਾ ਜਿਹੜੇ ਕੋਈ ਸਾਧਨ ਹੀ ਹੈ ਨਹੀਂ ਆਉਣ ਜਾਣ ਦਾ ਵਿਚਾਰਾ ਕਿੱਦਾਂ ਆਊ ਜਾਊਗਾ ਰਾਤ ਨੂੰ ਬਿਲਕੁਲ ਜੀ ਕਬੱਡੀ ਇਹ ਹੋਰ ਦੌਰ ਸਟਾਰਟ ਹੋ ਗਿਆ ਬਿਲਕੁਲ ਜੀ ਕਈਆਂ ਲੋਕਾਂ ਨੇ ਪੋਜ਼ਿਟਿਵਿਟੀ ਦਾ ਹੀ ਸਟੰਟ ਬਣਾ ਲਿਆ ਆ ਇਹ ਕੋਈ ਬੜਾ ਵਧੀਆ ਕੰਮ ਨੇਗਾ ਬਿਲਕੁਲ ਜੀ ਹਾਂ ਕਬੱਡੀ ਦੇ ਵਿੱਚ ਵਧੀਆ ਪੈਸੇ ਬਹੁਤ ਆ ਗਏ ਆ ਜੀ ਬਿਲਕੁਲ ਆਉਣੇ ਵੀ ਚਾਹੀਦੇ ਆ ਬਿਲਕੁਲ ਇਹ ਨਹੀਂ ਗੱਲ ਨਹੀਂ ਮਿਲਣੀ ਚਾਹੀਦੀ ਪਰ ਉਹਦਾ ਕੋਈ ਅਨੁਸ਼ਾਸਨ ਜ਼ਰੂਰ ਹੋਣਾ ਚਾਹੀਦਾ ਬਿਲਕੁਲ ਜੀ ਬਿਲਕੁਲ ਉਹਦੀ ਸਮਾਂ ਸੀਮਾ ਜੀ ਉਹਦਾ ਟਾਈਮ ਉਹਦੇ ਕੋਲ ਰੂਲ ਜੀ ਇਹ ਜ਼ਰੂਰ ਹੋਣੇ ਚਾਹੀਦੇ ਆ ਬਿਲਕੁਲ ਜੀ ਅਤੇ ਇੱਕ ਤੁਸੀਂ ਇੱਕ ਬਤੌਰ ਜਾਫੀ ਖੇਡੇ ਹੋ ਜੀ ਅਤੇ ਇੱਕ ਜਾਫੀ ਹੋਣ ਦੇ ਨਾਤੇ ਸਾਡੇ ਪਲੇਅਰਾਂ ਨੂੰ ਜਿਹੜੇ ਕਿ ਜਾਫੀ ਬਣਨਾ ਚਾਹੁੰਦੇ ਨੇ ਹਾਂਜੀ ਉਹਨਾਂ ਨੂੰ ਕਿਸ ਤਰ੍ਹਾਂ ਦੀ ਜਿਹੜੀ ਕਸਰਤ ਹੈ ਮਿਹਨਤ ਹੈ ਉਹਦੇ ਬਾਰੇ ਵੀ ਜ਼ਰੂਰ ਦੱਸੋ ਜੀ ਦੇਖੋ ਜਾਫੀ ਵਾਸਤੇ ਕੋਈ ਬਹੁਤੀ ਖਾਸ ਮਿਹਨਤ ਦੀ ਜਿੱਦਾਂ ਵੱਖਰੀ ਮਿਹਨਤ ਦੀ ਜ਼ਰੂਰਤ ਨਹੀਂ ਆਮ ਜਿਹੜੀ ਮਿਹਨਤ ਕਰਦੇ ਕਰਨੀ ਤਾਂ ਉਹੀ ਪੈਂਦੀ ਆ ਪਰ ਇੱਦਾਂ ਵੀ ਉਹਦੀ ਬੋਡੀ ਦੇ ਵਿੱਚ ਫਲੈਕਸੀਬਿਲਟੀ ਜ਼ਰੂਰ ਹੋਣੀ ਚਾਹੀਦੀ ਆ ਜੀ ਉਹਨੂੰ ਸਪਰਿੰਟ ਲਾਉਣੀ ਚਾਹੀਦੀ ਆ ਰਨਿੰਗ ਕਰਨੀ ਚਾਹੀਦੀ ਆ ਡੰਡ ਮਾਰਨੇ ਚਾਹੀਦੇ ਆ ਚਲੋ ਵੇਟ ਟ੍ਰੇਨਿੰਗ ਵੀ ਕਰਨੀ ਚਾਹੀਦੀ ਸਮੇਂ ਸਮੇਂ ਦੇ ਹਿਸਾਬ ਨਾਲ ਇਹ ਨਹੀਂ ਕਿ ਉੱਧਰੋਂ ਮੈਚਾਂ ਦਾ ਦੌਰ ਚੱਲਦਾ ਤਾਂ ਆਪਾਂ ਵੇਟ ਹੀ ਮਾਰੀ ਜਾਂਦੇ ਹਾਂ ਬੰਦਾ ਪੂਰਾ ਪਰਫੈਕਟ ਫਿੱਟ ਹੋਣਾ ਚਾਹੀਦਾ ਜੀ ਉਹਦੀ ਬੋਡੀ ਦੇ ਵਿੱਚ ਮੂਵਮੈਂਟ ਹੋਣੀ ਚਾਹੀਦੀ ਆ ਉਹਦੇ ਪੈਰਾਂ 'ਚ ਮੂਵਮੈਂਟ ਹੋਣੀ ਚਾਹੀਦੀ ਆ ਮੂਵਮੈਂਟ ਆਊਗੀ ਜੀ ਅਸੀਂ ਪ੍ਰੈਕਟਿਸ ਕਰਾਂਗੇ ਜੀ
ਬਿਲਕੁਲ ਜੀ ਠੀਕ ਹੈ ਜੀ ਅਤੇ ਸਪਰਿੰਟਾਂ ਰੇਡਰ ਨੂੰ ਵੀ ਲਾਉਣੀਆਂ ਪੈਣੀਆਂ ਸਪਰਿੰਟਾਂ ਜਾਫੀ ਨੂੰ ਵੀ ਲਾਉਣੀਆਂ ਪੈਣੀਆਂ ਜੀ ਬਿਲਕੁਲ ਜੀ ਹੈ ਨਾ ਇਸ ਕਰਕੇ ਉਹ ਉਹਦੀ ਜਿਹੜੀ ਬੋਡੀ ਆ ਉਹਨੂੰ ਰਨਿੰਗ ਕਰਨੀ ਚਾਹੀਦੀ ਜ਼ਿਆਦਾ ਤੋਂ ਜ਼ਿਆਦਾ ਜਿੰਨਾ ਭੱਜ ਹੁੰਦਾ ਸਟੈਮਿਨਾ ਹੋਣਾ ਚਾਹੀਦਾ ਬੰਦੇ ਦੇ ਕੋਲ ਸੋਲਿਡ ਬੋਡੀ ਹੋਣੀ ਚਾਹੀਦੀ ਆ ਦੇਸੀ ਕੋਈ ਸੋਲਿਡ ਖੁਰਾਕ ਹੋਣੀ ਚਾਹੀਦੀ ਜਿਹੜੀ ਬੋਡੀ ਨੂੰ ਫਿੱਟ ਰੱਖੇ ਇੱਦਾਂ ਨਾ ਵੀ ਹੋਵੇ ਜਿਹੜਾ ਅੱਜ ਫਿੱਟ ਆ ਅਤੇ ਕੱਲ੍ਹ ਨੂੰ ਅਨਫਿੱਟ ਆ ਜੀ ਇਹ ਜਿਹੜੀਆਂ ਚੀਜ਼ਾਂ ਆ ਗਈਆਂ ਵਿੱਚ ਇਹ ਨਹੀਂ ਚੰਗੀਆਂ ਬਹੁਤੀਆਂ ਜੀ ਬਿਲਕੁਲ ਜੀ ਅਤੇ ਇਸ ਤੋਂ ਇਲਾਵਾ ਤੁਸੀਂ ਕੁਛ ਹੋਰ ਵੀ ਕਹਿਣਾ ਚਾਹੁੰਦੇ ਆਪਣੇ ਵੱਲੋਂ ਜੀ ਆਪਣੇ ਵੱਲੋਂ ਮੈਂ ਜਿਹੜੇ ਨਵੇਂ ਪਲੇਅਰ ਆ ਮੈਂ ਉਹਨਾਂ ਨੂੰ ਇਹ ਕਹਿਣਾ ਚਾਹੁੰਦਾ ਵੀ ਵਧੀਆ ਖੁਰਾਕ ਖਾਓ ਅਤੇ ਵਧੀਆ ਮਿਹਨਤ ਕਰੋ ਅਤੇ ਰਾਤੋਂ ਰਾਤ ਸਟਾਰ ਬਣਨ ਦੇ ਚੱਕਰ ਦੇ ਵਿੱਚ ਕੋਈ ਇੱਦਾਂ ਦੀ ਚੀਜ਼ ਨਾ ਆਪਾਂ ਖਾਈਏ ਵੀ ਜਿਹੜਾ ਆਪਣੀ ਬੋਡੀ ਨੂੰ ਨੁਕਸਾਨ ਹੋਵੇ ਜੀ ਬਿਲਕੁਲ ਹੈ ਨਾ ਅਤੇ ਵਧੀਆ ਖੁਰਾਕ ਖਰਾਓ ਮਿਹਨਤ ਕਰੋ ਅਤੇ ਤਕੜੇ ਹੋ ਕੇ ਕਬੱਡੀ ਖੇਡੋ ਜੀ ਹਾਂਜੀ ਜੀ ਸੋ ਬਹੁਤ ਬਹੁਤ ਧੰਨਵਾਦ ਜੀ ਭੰਡਾਲ ਸਾਹਿਬ ਤੁਸੀਂ ਸਾਡੇ ਜੋ ਕਿ ਸਮਾਂ ਕੱਢਿਆ ਸੋ ਦੋਸਤੋ ਇਹ ਸਨ ਸਰਦਾਰ ਸੁਖਦੇਵ ਸਿੰਘ ਜੀ ਦੇਬਾ ਭੰਡਾਲ ਦੋਨਾ ਜ਼ਿਲ੍ਹਾ ਕਪੂਰਥਲੇ ਦੀ ਧਰਤੀ ਜਿਨ੍ਹਾਂ ਦੇ ਨਾਲ ਅੱਜ ਆਪਾਂ ਨੇ ਗੱਲਾਂ ਬਾਤਾਂ ਸਾਂਝੀਆਂ ਕੀਤੀਆਂ ਸੋ ਜਿਨ੍ਹਾਂ ਨੇ ਸਾਡਾ ਚੈਨਲ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਡੇ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਅਗਲੀ ਵਾਰੀ ਤੁਹਾਨੂੰ ਕਿਸੇ ਹੋਰ ਸਟਾਰ ਨੂੰ ਮਿਲਾਵਾਂਗੇ ਉਦੋਂ ਤੱਕ ਮੈਨੂੰ ਦਿਓ ਆਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ